ਸ਼ੁਰੂ ਕਰੀਏ। ਸਤਿ ਸ਼੍ਰੀ ਅਕਾਲ ਜੀ ਮੇਰੇ ਭੈਣਾਂ ਤੇ ਭਰਾਵਾਂ ਨੂੰ, ਮੇਰੀ ਵੱਧ ਰਹੀ ਦਿਨੋ ਦਿਨ ਵੱਧ ਰਹੀ ਕੀਟੋ ਫੈਮਿਲੀ ਨੂੰ, ਤੇ ਬੜੀਆਂ ਹੀ ਫਰਮਾਇਸ਼ਾਂ ਤੋਂ ਬਾਅਦ ਜੀ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਜੀ ਬੱਕਰੇ ਦਾ ਅਚਾਰ, ਜਿਹਨੂੰ ਕਹਿੰਦੇ ਮੀਟ ਦਾ ਅਚਾਰ ਕੀਟੋ ਪੰਜਾਬੀ ਸਟਾਈਲ ਦੇ ਵਿੱਚ। ਜਿੱਦਾਂ ਸਰਦੀਆਂ ਆ ਚੁੱਕੀਆਂ ਨੇ ਤੇ ਸਭ ਤੋਂ ਵਧੀਆ ਜਿਹੜਾ ਮੀਟ ਹੁੰਦਾ ਇਹਨਾਂ ਵਿੱਚ ਬੱਕਰੇ ਦਾ ਮੀਟ ਗਿਣਿਆ ਗਿਆ, ਸੋ ਇਸ ਕਰਕੇ ਇਹਨੂੰ ਅਸੀਂ ਬਹੁਤ ਦਿਨਾਂ ਤੱਕ ਚਲਾ ਸਕਦੇ ਹਾਂ ਫਰਿੱਜ 'ਚ ਰੱਖ ਕੇ, ਅਤੇ ਬੜਾ ਹੀ ਜ਼ਬਰਦਸਤ ਬਣਦਾ ਹੈ ਅਤੇ ਥੋੜ੍ਹੇ ਜਿਹੇ ਨਾਲ ਹੀ ਰੱਜ ਆ ਜਾਂਦਾ ਹੈ। ਸੋ ਆਪਾਂ ਜਿਹੜਾ ਨੋਰਮਲ ਬੱਕਰੇ ਦੇ ਅਚਾਰ ਨੂੰ ਆਪਾਂ ਕੀਟੋ ਪੰਜਾਬੀ ਟਵਿਸਟ ਦੇਣ ਲੱਗੇ ਹਾਂ ਜੀ, ਸੋ ਆਈਏ ਜਾਣ ਲੈਂਦੇ ਹਾਂ ਆਪਣੇ ਇਸ ਬੱਕਰੇ ਦੇ ਅਚਾਰ ਨੂੰ, ਕੀਟੋ ਪੰਜਾਬੀ ਸਟਾਈਲ ਬੱਕਰੇ ਦੇ ਅਚਾਰ ਨੂੰ ਬਣਾਉਣ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ। ਆਓ ਜੀ ਆਪਾਂ ਪਹਿਲਾਂ ਦੇਖ ਲੈਂਦੇ ਹਾਂ, ਟੇਬਲ 'ਤੇ ਨਜ਼ਰ ਮਾਰ ਲੈਂਦੇ ਹਾਂ ਜੀ। ਸੋ ਆਹ ਹੈਗਾ ਜੀ ਬੱਕਰਾ, ਠੀਕ ਹੈ ਜੀ, ਇਹ ਬੱਕਰਾ ਮੈਂ ਲਿਆਂਦਾ ਜੀ 4 ਕਿਲੋ, ਠੀਕ ਹੈ ਜੀ। ਪੀਸ ਤੁਹਾਡੀ ਆਪਦੀ ਮਰਜ਼ੀ ਹੁੰਦੀ ਹੈ, ਪਰ ਮੈਂ ਐਡੇ ਐਡੇ ਵੱਡੇ ਪੀਸ, ਕਰੀਬਨ 2.5 ਇੰਚ, 2 ਤੋਂ 2.5 ਇੰਚ ਦੇ ਪੀਸ ਮੈਂ ਕਰਨੇ ਪਸੰਦ ਕਰਦਾ, ਕਿਉਂਕਿ ਇਹਨਾਂ 'ਚੋਂ ਪਾਣੀ ਨਿਕਲ ਕੇ ਫਿਰ ਬਾਹਲੇ ਛੋਟੇ ਪੀਸ ਹੋ ਜਾਂਦੇ ਆ। ਸੋ ਇਹ ਬੱਕਰਾ ਹੈਗਾ ਜੀ, ਬਿਲਕੁਲ ਦੇਖੋ ਜੀ ਵੱਡਾ ਬੱਕਰਾ ਮੈਂ ਲਿਆਂਦਾ, ਛੋਟਾ ਬੱਕਰਾ ਤੁਸੀਂ ਨਾ ਇਹਦੇ 'ਚ ਵਰਤਿਓ, ਜਿੰਨਾ ਵੱਡਾ ਬੱਕਰਾ ਹੋਊਗਾ ਓਨਾ ਇਹ ਅਚਾਰ ਟੇਸਟੀ ਬਣਦਾ। ਸੋ ਜੀ ਆਹ ਹੈਗਾ 4 ਕਿਲੋ ਆਪਣਾ ਬੱਕਰਾ। ਇਸ ਤੋਂ ਬਾਅਦ ਜੀ ਆ ਇੱਧਰ ਆ ਜਾਓ ਜੀ, ਇੱਧਰ ਸਾਨੂੰ ਚਾਹੀਦਾ ਹੋਊਗਾ ਲਸਣ, ਕਰੀਬਨ 3 ਤੋਂ 4 ਗੰਢੀਆਂ ਲਸਣ ਦੀਆਂ ਨੇ ਜੀ। 4 ਕਿਲੋ ਜਿਵੇਂ ਆਪਣੇ ਕੋਲ ਮੰਨ ਲਓ ਅਚਾਰ ਬੱਕਰਾ ਹੈਗਾ, ਤਾਂ ਤੁਸੀਂ 4 ਤੋਂ 5 ਗੰਢੀਆਂ ਲਸਣ ਦੀਆਂ ਵਰਤ ਲੈਣੀਆਂ ਜੀ, ਅਤੇ ਆਹ ਓਨਾ ਹੀ ਆਪਾਂ ਕਹਿ ਲਈਏ ਜਿੰਨਾ ਲਸਣ ਹੋ ਗਿਆ ਓਨਾ ਹੀ ਅਦਰਕ ਹੋ ਗਿਆ, ਠੀਕ ਹੈ। ਸੋ ਕਰੀਬਨ ਤੁਸੀਂ ਕਹਿ ਲਓ ਜੀ 150-200 ਗ੍ਰਾਮ ਆਪਣਾ ਲਸਣ ਹੈਗਾ, ਅਤੇ 200-250 ਗ੍ਰਾਮ ਆਪਣਾ ਜੀ ਅਦਰਕ ਹੈਗਾ, ਅਤੇ ਆਹ ਹੈਗੀਆਂ ਜੀ ਹਰੀਆਂ ਮਿਰਚਾਂ। ਇਹ ਤੁਸੀਂ ਜਿੰਨੀਆਂ ਮਰਜ਼ੀ ਪਾ ਸਕਦੇ ਹੋ ਆਪਦੇ ਸਵਾਦ ਦੇ ਮੁਤਾਬਕ, ਜਿੰਨਾ ਕਿ ਇਹਨੂੰ ਕਰਾਰਾ ਰੱਖਣਾ ਚਾਹੁੰਦੇ ਹੋ। ਬਾਕੀ ਜੀ ਆਹ ਜਿਹੜੀਆਂ ਚੀਜ਼ਾਂ ਨੇ, ਆਹ ਹਲਦੀ ਆ ਗਈ ਜੀ, ਆਹ ਲਾਲ ਮਿਰਚ ਆ ਗਈ ਜੀ, ਆਹ ਧਨੀਆ ਆ ਗਿਆ ਜੀ, ਅਤੇ ਆਹ ਆ ਗਿਆ ਜੀ ਗਰਮ ਮਸਾਲਾ, ਆਹ ਆ ਗਿਆ ਜੀ ਨੂਣ। ਇੱਕ ਚੀਜ਼ ਹੋਰ ਮੇਰੀ ਆ ਰਹੀ ਹੈ ਬਾਜ਼ਾਰ, ਸਾਡਾ ਬੰਦਾ ਲੈਣ ਗਿਆ, ਉਹ ਹੈਗੀ ਜੀ ਦੇਗੀ ਮਿਰਚ, ਉਹ ਕੌੜੀ ਘੱਟ ਹੁੰਦੀ ਆ, ਅਤੇ ਉਹ ਮੈਂ ਅੱਗੇ ਵਿੱਚ ਦੀ ਤੁਹਾਨੂੰ ਦਿਖਾ ਦੂੰਗਾ, ਉਹ ਸਿਰਫ ਰੰਗ ਵਾਸਤੇ ਪਾਈ ਜਾਂਦੀ ਆ, ਉਹ ਨਾ ਵੀ ਪਾਓਗੇ ਤਾਂ ਚੱਲੇਗਾ। ਹੁਣ ਇੱਧਰਲੇ ਪਾਸੇ ਆਓ ਜੀ, ਆਹ ਜੀ ਸਾਡਾ ਹੈਗਾ ਨਾਰੀਅਲ ਦਾ ਤੇਲ, ਇਹ ਜੀ ਪਿਓਰ ਨਾਰੀਅਲ ਦਾ ਤੇਲ ਆ, ਠੀਕ ਹੈ ਜੀ, ਇਹ ਮੈਂ ਕਢਾਇਆ ਹੋਇਆ ਹੈਗਾ, ਜਿਹੜੀਆਂ ਆਪਣੀਆਂ ਠੂਠੀਆਂ ਹੁੰਦੀਆਂ ਨਾਰੀਅਲ ਦੀਆਂ, ਉਹਨਾਂ ਨੂੰ ਪੀਸ ਕੇ ਤੇਲ ਕੱਢਿਆ ਜਾਂਦਾ, ਕੋਹਲੂ ਵਾਲਿਆਂ ਤੋਂ ਤੁਸੀਂ ਕਢਾ ਸਕਦੇ ਹੋ। ਸੋ ਮੈਂ ਇਸੇ ਦੇ ਵਿੱਚ ਹੀ ਆਪਣੇ ਅਚਾਰ ਦੀ ਕੁਕਿੰਗ ਕਰੂੰਗਾ। ਅਤੇ ਆਹ ਹੈਗੀ ਆ ਜੀ ਆਪਣੀ ਬੋਤਲ ਸਿਰਕੇ ਦੀ, ਠੀਕ ਹੈ ਜੀ, ਸੋ ਸਾਨੂੰ ਆਹ ਸਿਰਕਾ ਚਾਹੀਦਾ ਹੋਊਗਾ, ਚਿੱਟਾ ਸਿਰਕਾ। ਅਤੇ ਆਹ ਸਿਰਕਾ ਜੀ ਇਸ ਕਰਕੇ ਪਾਇਆ ਜਾਂਦਾ ਕਿ ਇਹ ਅਚਾਰ ਆਪਣਾ ਖਰਾਬ ਨਾ ਹੋਵੇ, ਅਤੇ ਇਹਦੇ ਨਾਲ ਜਿਹੜਾ ਸਵਾਦ ਆ ਅਚਾਰ ਦਾ ਉਹ ਵੀ ਦੁੱਗਣਾ ਚੌਗਣਾ ਹੋ ਜਾਂਦਾ ਜੀ। ਸੋ ਸਭ ਤੋਂ ਪਹਿਲਾਂ ਆਪਾਂ ਜੀ ਸ਼ੁਰੂ ਕਰਾਂਗੇ, ਆਪਾਂ ਪਹਿਲਾਂ ਸਭ ਤੋਂ ਮੈਰੀਨੇਟ ਕਰਾਂਗੇ ਜੀ ਆਪਣੇ ਬੱਕਰੇ ਨੂੰ। ਸੌਖਾ ਹੀ ਕੰਮ ਹੈ, ਇਕੱਲੀ ਹਲਦੀ ਦਾ ਚਮਚਾ ਅਤੇ ਨੂਣ ਦੇ 2 ਚਮਚੇ ਨਾਲ ਆਪਾਂ ਸਾਰੇ ਦੇ ਸਾਰੇ ਮੀਟ ਨੂੰ ਆਪਾਂ ਲਵੇੜ ਲੈਣਾ, ਠੀਕ ਹੈ ਜੀ। ਇੱਧਰ ਹੁਣ ਨਿਗਾਹ ਮਾਰੋ ਜੀ, ਸੋ ਆਹ ਜੀ ਆਪਣਾ ਹੋ ਗਿਆ ਹਲਦੀ ਦਾ ਕਰੀਬਨ 1 ਚਮਚਾ, ਆਹ ਹਲਦੀ ਜੀ ਤੁਸੀਂ ਸਾਰੇ ਮੀਟ 'ਤੇ ਐਂ ਛਿੜਕ ਦੇਣੀ ਹੈ ਜੀ। ਉਸ ਤੋਂ ਬਾਅਦ ਜੀ ਆਪਾਂ ਆਹ ਨੂਣ ਲੈ ਲੈਣਾ, ਠੀਕ ਹੈ ਜੀ, ਆਹ ਨੂਣ ਵੀ ਆਪਾਂ ਛਿੜਕ ਦੇਣਾ ਜੀ, ਥੋੜ੍ਹਾ ਜਿਹਾ ਹੋਰ ਪਾ ਲੈਂਦੇ ਹਾਂ। ਲੂਣ ਦਾ ਤੁਹਾਡਾ ਆਪਦਾ ਹਿਸਾਬ ਹੈ ਜੀ, ਕਿਉਂਕਿ ਬਾਅਦ 'ਚ ਆਪਾਂ ਥੋੜ੍ਹਾ ਜਿਹਾ ਮਸਾਲੇ 'ਚ ਵੀ ਪਾਵਾਂਗੇ, ਇਹਦੇ 'ਚ ਥੋੜ੍ਹਾ ਜਿਹਾ ਘੱਟ ਪਾ ਲਿਓ। ਅਤੇ ਹੁਣ ਜੀ ਇਹਨੂੰ ਕਰ ਦਾਂਗੇ ਆਪਾਂ ਸਾਰੇ ਨੂੰ ਜੀ ਵਧੀਆ ਮਿਕਸ, ਹਲਦੀ ਅਤੇ ਲੂਣ ਦੀ ਇਹਦੇ ਨਾਲ ਪਵਾ ਦੇਣੀ ਹੈ ਜੀ ਆਪਾਂ ਜਾਦੂ ਕੀ ਜੱਫੀ। ਅਤੇ ਮੈਨੂੰ ਵੀ ਚੰਗਾ ਲੱਗ ਰਿਹਾ ਕਿ ਤੁਸੀਂ ਕੀਟੋ ਡਾਇਟ ਨਾਲ ਜੁੜ ਗਏ ਹੋ, ਕੁਦਰਤ ਨਾਲ ਜੁੜ ਗਏ ਹੋ। ਸੋ ਕੁਦਰਤ ਨਾਲ ਜੁੜਨ ਦੇ ਬਹੁਤ ਫਾਇਦੇ ਨੇ, ਕਿਉਂਕਿ ਕੁਦਰਤ ਸਾਨੂੰ ਆਹੀ ਚੀਜ਼ਾਂ ਦਿੰਦੀ ਹੈ ਜੀ, ਆਹ ਦੇਖੋ ਆਹ ਸਾਰੀਆਂ ਚੀਜ਼ਾਂ ਸਾਨੂੰ ਕੁਦਰਤ ਦਿੰਦੀ ਹੈ, ਇਹਨਾਂ 'ਤੇ ਸਾਨੂੰ ਕੁਛ ਲਾਉਣ ਦੀ ਲੋੜ ਨਹੀਂ ਹੁੰਦੀ, ਵਾਧੂ ਘਾਟੂ ਜੋ ਸਾਡੇ ਘਰ ਪਿਆ ਹੁੰਦਾ ਸਮਾਨ ਉਹਦੇ ਨਾਲ ਹੀ ਅਸੀਂ ਵਧੀਆ ਤੋਂ ਵਧੀਆ ਸਵਾਦ ਤੋਂ ਸਵਾਦ ਚੀਜ਼ਾਂ ਬਣਾ ਕੇ ਆਪਦੀ ਜ਼ਿੰਦਗੀ ਦਾ ਮਜ਼ਾ ਲੈ ਸਕਦੇ ਹਾਂ, ਠੀਕ ਹੈ ਜੀ। ਹਾਂ ਪੁੱਤ ਜੀ, ਬੱਚਿਆਂ ਨੂੰ ਚਾਹ ਚੜ੍ਹ ਜਾਂਦਾ ਜੀ ਜਦੋਂ ਬੱਕਰੇ ਦਾ ਅਚਾਰ ਬਣਦਾ, ਪਰ ਸਾਡੇ ਹਜੇ ਤੱਕ ਬੱਚੇ ਨੇ ਉਹਦੀ ਮੈਮਰੀ ਦੇ ਵਿੱਚ ਹੈ ਨਹੀਂ, ਖਾ ਤਾਂ ਚੁੱਕੀ ਹੈ 1-2 ਵਾਰੀ,
3 ਸਾਲ ਦੀ ਹੈਗੀ ਆ ਸੋ ਉਹਨੂੰ ਦੁਬਾਰੇ ਖਾਓਗੀ ਅਤੇ ਫਿਰ ਸ਼ਾਇਦ ਚੇਤਾ ਆ ਜਾਵੇ ਵੀ ਹਾਂ ਵੀ ਮੈਂ ਇਹ ਚੀਜ਼ ਦਾ ਸਵਾਦ ਲਿਆ ਚੁੱਕੀ ਹਾਂ। ਸੋ ਜੀ ਆਹ ਆਪਣਾ ਮੈਰੀਨੇਟ ਹੋ ਗਿਆ, ਹੁਣ ਜੀ ਆਪਾਂ ਕਰਾਂਗੇ ਆਪਦੀ ਭੱਠੀ ਰੇੜੀ ਅਤੇ ਜੀ ਮਿਲਦੇ ਹਾਂ ਮੈਂ ਭੱਠੀ ਨੂੰ ਰੇੜੀ ਕਰਨ ਤੋਂ ਬਾਅਦ। ਠੀਕ ਹੈ ਜੀ, ਸੋ ਜੀ ਥੋੜ੍ਹੀ ਜਿਹੀ ਗੈਸ ਆਪਾਂ ਕਰ ਲੈਣੀ ਆ ਔਨ ਅਤੇ ਤੀਲੀ ਨੂੰ ਜੀ ਐਂ ਸਿੱਟ ਦੇਣਾ। ਠੀਕ ਹੈ ਜੀ, ਭੱਠੀ ਬਲ ਗਈ ਆ ਅਤੇ ਆਪਾਂ ਹੁਣ ਧਰਾਂਗੇ ਜੀ ਕੜਾਹੀ। ਆ ਜੀ ਮੈਂ ਲੋਹੇ ਦੀ ਕੜਾਹੀ ਵਰਤਦਾ ਹੁੰਦਾ ਜੀ ਜਦੋਂ ਵੀ ਅਚਾਰ ਬਣਾਉਣਾ, ਕਿਉਂਕਿ ਜਿਹੜੀ ਲੋਹੇ ਦੀ ਕੜਾਹੀ ਦੇ ਵਿੱਚ ਜਿਹੜਾ ਅਚਾਰ ਬਣਦਾ ਉਹਦੀ ਕਿਆ ਬਾਤ ਹੁੰਦੀ ਹੈ। ਅਲਮੀਨੀਅਮ ਦੇ ਭਾਂਡੇ ਆ ਜਿਹੜੇ ਉਹ ਵਰਤਣੇ ਛੱਡ ਦਿਉ, ਨਾ ਉਹਨਾਂ 'ਚ ਕੁਕਿੰਗ ਅੱਛੀ ਹੁੰਦੀ ਆ ਅਤੇ ਨਾਲੇ ਉਹ ਅਨਹੈਲਦੀ ਵੀ ਹੁੰਦੇ ਆ। ਠੀਕ ਹੈ ਜੀ, ਤਾਂ ਲੋਹੇ ਦੇ ਭਾਂਡੇ ਘਰ ਲਿਆਓ, ਨਜ਼ਾਰਾ ਬੰਨਿਆ ਜਾਓ, ਤੁਸੀਂ ਉਹੀ ਚੀਜ਼ ਖਾਇਆ ਕਰੋਗੇ, ਤੁਸੀਂ ਕਹੋਗੇ ਇਹੋ ਜਿਹੀ ਤਾਂ ਮੈਂ ਕਦੇ ਖਾਧੀ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੁੰਦਾ, ਕੜਾਹੀ ਨੂੰ ਆਪਾਂ ਥੋੜ੍ਹਾ ਜਿਹਾ ਗਰੀਸ ਕਰਾਂਗੇ ਜੀ। ਸੋ ਗਰੀਸਿੰਗ ਨਾਲ ਕੀ ਹੁੰਦਾ, ਇੱਕ ਵਾਰੀ ਜਦੋਂ ਇੱਕੋਦਮ ਸੁੱਟਦੇ ਹੁੰਦੇ ਆ ਮੀਟ ਨੂੰ ਤਾਂ ਉਹ ਚਿਪਕਦਾ ਹੁੰਦਾ ਤਾਂ ਉਹਦੇ ਨਾਲ ਆਪਣਾ ਮੀਟ ਚਿਪਕੂਗਾ ਨਹੀਂ। ਠੀਕ ਹੈ ਜੀ, ਸੋ ਗਰੀਸਿੰਗ ਵਾਸਤੇ ਅਸੀਂ ਜੀ ਥੋੜ੍ਹਾ ਜਿਹਾ ਇੱਕ ਚਮਚਾ ਇੰਨਾ ਕੁ ਆਪਾਂ ਕੜਾਹੀ ਵਿੱਚ ਨਾਰੀਅਲ ਦਾ ਤੇਲ ਸੁੱਟ ਲੈਣਾ। ਫਿਰ ਜੀ ਆਪਾਂ ਗੰਢੇ ਨੂੰ ਐਂ ਵਿੱਚੋਂ ਐਂ ਚੀਰ ਲੈਣਾ, ਗੰਢਾ ਛਿੱਲਣਾ ਨਹੀਂ ਗਾ। ਠੀਕ ਹੈ ਜੀ, ਇਹਨੂੰ ਜੀ ਆਪਾਂ ਗੰਢੇ ਨੂੰ ਇਹਦੇ 'ਤੇ ਚਾਰੇ ਪਾਸੇ ਆਪਦਾ ਹੱਥ ਬਚਾ ਲੈਣਾ ਅਤੇ ਆ ਗੰਢੇ ਨਾਲ ਜਿੱਥੇ ਤੱਕ ਹੋ ਸਕਦਾ ਸਾਰੀ ਕੜਾਹੀ 'ਤੇ ਇੱਕ ਲੇਅਰ ਬਿਛਾ ਦੇਣੀ ਜੀ। ਲਓ ਜੀ ਆਪਣੀ ਹੋ ਗਈ ਕੜਾਹੀ ਗਰੀਸ। ਠੀਕ ਹੈ ਜੀ, ਲਓ ਜੀ ਆਪਾਂ ਹੁਣ ਆਪਦਾ ਪਾ ਦਾਂਗੇ ਮੀਟ ਜੀ ਇਹਦੇ ਵਿੱਚ ਬੜੇ ਆਰਾਮ ਨਾਲ। ਠੀਕ ਹੈ ਜੀ, ਅੱਗ ਥੋੜ੍ਹੀ ਜਿਹੀ ਕਰ ਦਾਂਗੇ। ਅਦਰਕ ਨੂੰ ਆਪਾਂ ਐਂ ਥੋੜ੍ਹੇ ਥੋੜ੍ਹੇ ਜਿਹੇ ਮਿਕਸੀ ਦੇ ਵਿੱਚ ਆਪਾਂ ਇਹ ਚੀਜ਼ਾਂ ਰਗੜ ਲੈਣੀਆਂ ਸਾਰੀਆਂ। ਠੀਕ ਹੈ ਜੀ, ਕਿਉਂਕਿ ਇਹਦੇ 'ਚ ਅਸੀਂ ਅਦਰਕ ਜਿੰਨਾ ਮਰਜ਼ੀ ਪਾ ਸਕਦੇ ਹਾਂ, ਆਪਣੀ ਕੀਟੋ ਡਾਇਟ ਦੇ ਵਿੱਚ ਕੋਈ ਐਡੀ ਨਹੀਂ ਹਰਬਲ ਹੁੰਦਾ ਇਹ, ਜਿੰਨਾ ਆਪਾਂ ਮੀਟ ਪਾ ਰਹੇ ਹਾਂ ਉਹਦੇ ਹਿਸਾਬ ਨਾਲ ਇਹ ਅਦਰਕ ਨਾ ਥੋੜ੍ਹਾ ਹੋਵੇਗਾ ਅਤੇ ਨਾ ਹੀ ਵਾਧੂ ਹੋਵੇਗਾ ਅਤੇ ਇਹਦੇ ਨਾਲ ਸਾਨੂੰ ਬਹੁਤ ਸਾਰੇ ਅੱਛੇ ਤੱਤ ਮਿਲਦੇ ਆ, ਹਰਬਲ ਹੁੰਦਾ, ਬਹੁਤ ਸਾਰੀਆਂ ਸਾਡੀਆਂ ਸਕਿਨ ਦੀਆਂ ਭੇਟ ਦੀਆਂ ਇਹਨਾਂ ਚੀਜ਼ਾਂ ਦੀਆਂ ਬਿਮਾਰੀਆਂ ਜਿਹੜੀਆਂ ਨਿੱਕੇ ਮੋਟੇ ਵਾਇਰਸਿਸ ਹੁੰਦੇ ਆ, ਠੀਕ ਹੈ ਜੀ, ਹਰਬਲ ਹੋਣ ਕਰਕੇ ਇਹ ਸਾਨੂੰ ਬਹੁਤ ਫਾਇਦਾ ਕਰਦਾ। ਆ ਜੀ ਦੇਖੋ ਸਾਡਾ ਸਾਰਾ ਲਸਣ ਹੈਗਾ, ਇਹਨੂੰ ਲਸਣ ਨੂੰ ਵੀ ਆਪਾਂ
ਇੰਨਾ ਕੁ ਲਸਣ ਆਪਾਂ ਰੱਖ ਲਵਾਂਗੇ ਜੀ, ਠੀਕ ਹੈ, ਇੰਨਾ ਕੁ ਲਸਣ ਅਸੀਂ ਬਚਾ ਲਵਾਂਗੇ। ਅਤੇ ਬਾਕੀ ਜੀ ਆਹ ਹਰੀਆਂ ਮਿਰਚਾਂ ਨੇ, ਇਹ ਵੀ ਅਸੀਂ ਐਂ ਵਿੱਚੇ ਪਾ ਦੇਣੀਆਂ ਇਹਦੇ। ਫਿਰ ਜੀ ਲਾ ਦੇਣਾ ਆਪਾਂ ਇਹਨੂੰ ਢੱਕਣ, ਅਤੇ ਦੇ ਦੇਣਾ ਜੀ ਗੇੜਾ। ਫਾਈਨ ਪੇਸਟ ਬਣ ਗਿਆ ਇਹਦਾ, ਇਹੀ ਸਾਨੂੰ ਚਾਹੀਦਾ, ਠੀਕ ਹੈ ਜੀ। ਲਸਣ, ਅਦਰਕ ਅਤੇ ਹਰੀਆਂ ਮਿਰਚਾਂ, ਠੀਕ ਹੈ ਜੀ। ਅਤੇ ਪਾਣੀ ਦੀ ਥਾਂ 'ਤੇ ਅਸੀਂ ਇਹਦੇ 'ਚ ਕੜਛੀ ਇੱਕ ਸਿਰਕਾ ਪਾਇਆ ਸੀਗਾ। ਅਤੇ ਇਹ ਹੋ ਗਿਆ ਜੀ ਸਾਡਾ ਰੈਡੀ, ਇਹਨੂੰ ਹੁਣ ਅਸੀਂ ਰੱਖ ਦਾਂਗੇ ਪਾਸੇ। ਅਤੇ ਹੁੰਦੇ ਹਾਂ ਜੀ ਆਪਾਂ ਆਪਦੇ ਬੱਕਰੇ ਵੱਲ। ਸੋ ਜੀ ਆਹ ਤੁਸੀਂ ਦੇਖ ਸਕਦੇ ਆ ਕਿੰਨਾ ਪਾਣੀ ਛੱਡ ਰਿਹਾ ਆਪਣਾ ਹੈ ਬੱਕਰਾ, ਠੀਕ ਹੈ ਜੀ। ਔਰ ਫੈਟ ਅਤੇ ਪਾਣੀ ਇਹਨੇ ਆਪਦੀ ਸਾਰੀ ਰਿਲੀਜ਼ ਕਰਨ ਲੱਗ ਗਿਆ, ਠੀਕ ਹੈ। ਸੋ ਇਹਨੂੰ ਹਜੇ 10 ਕੁ ਮਿੰਟ ਹੋਏ ਆ। ਸੋ ਇਹਨੂੰ ਆਪਾਂ ਜੀ ਉਦੋਂ ਤੱਕ ਕਰੀ ਜਾਣਾ ਜਦੋਂ ਤੱਕ ਇਹ 60% ਕੁੱਕ ਨਾ ਹੋ ਜਾਵੇ। ਇਹ 60% ਕੁੱਕ ਹੋ ਜੂਗਾ ਅਤੇ ਇਹਦਾ ਪਾਣੀ ਸੁੱਕ ਜੂਗਾ। ਫਿਰ ਬਾਕੀ ਵਾਲੀ ਜਿਹੜੀ ਟ੍ਰੀਟਮੈਂਟ ਅਸੀਂ ਇਹਨੂੰ ਦੇਣੀ ਆ ਉਹ ਵੀ ਮੈਂ ਤੁਹਾਨੂੰ ਗਾਂਹ ਦੱਸਦਾ ਰਹਿੰਦਾ। ਸੋ ਜੀ ਆਪਾਂ ਹੁਣ ਮਿਲਦੇ ਹਾਂ ਜਦੋਂ ਇਹਦਾ ਪਾਣੀ ਸੁੱਕ ਜਾਂਦਾ। ਸੋ ਆਹ ਦੇਖੋ ਜੀ ਆਪਣੇ ਅਚਾਰ ਦਾ ਪਾਣੀ ਕਾਫੀ ਹੱਦ ਤੱਕ ਸੁੱਕ ਗਿਆ ਜੀ, ਇਹ ਡਰਾਈ ਹੋਣ ਦੀ ਕਗਾਰ 'ਤੇ ਹੋ ਗਿਆ, ਠੀਕ ਹੈ। ਜੇ ਆਪਾਂ ਹੁਣ ਮੀਟ ਨੂੰ ਦੇਖ ਲਈਏ ਤਾਂ ਥੋੜ੍ਹਾ ਜਿਹਾ ਐਂ ਅਸੀਂ ਇਹਨੂੰ ਤੋੜ ਸਕਦੇ ਹਾਂ। ਸੋ ਆਪਾਂ ਕਹਿ ਸਕਦੇ ਹਾਂ ਕਿ ਵੀ 60% ਇਹ ਕੁੱਕ ਹੋ ਗਿਆ ਹੈਗਾ। ਸੋ 50-60% ਇਹ ਕੁੱਕ ਹੋ ਗਿਆ ਹੈਗਾ। ਹੁਣ ਬਾਕੀ ਆਪਾਂ ਜਿਹੜਾ ਸਟੈਪ ਹੈਗਾ ਇਹਨੂੰ ਸਾਨੂੰ ਹਜੇ ਹੋਰ ਕੁੱਕ ਕਰਨਾ ਪਊਗਾ। ਸੋ ਇਹਦੇ 'ਚ ਅਸੀਂ ਜੀ ਇਹਨੂੰ ਹੌਲੀ ਕਰ ਲੈਂਦੇ ਇੱਕ ਵਾਰੀ। ਸੋ ਇਹਦੇ 'ਚ ਜੀ ਸਾਨੂੰ ਹੁਣ ਪਾਣੀ ਪਾਉਣਾ ਪਵੇਗਾ। ਸੋ ਜੀ ਇਹਦੇ 'ਚ ਅਸੀਂ ਪਾਵਾਂਗੇ ਬਚਪਨ ਤੋਂ ਖਾਂਦੇ ਆਏ ਹਾਂ ਅਤੇ ਮੈਂ ਹਮੇਸ਼ਾ ਲਾਲ ਜਿਹੜਾ ਹੁੰਦਾ ਲਾਲ ਮੀਟ ਲਾਲ ਬੱਕਰਾ ਪੂਰਾ ਰੈੱਡ ਮੀਟ ਨੂੰ ਪਸੰਦ ਕਰਦਾ ਰਿਹਾ। ਬਣਾਉਣ ਨੂੰ ਟਾਈਮ ਜ਼ਰੂਰ ਲੱਗਦਾ, ਲੱਭ ਕੇ 80 ਬੱਕਰਾ ਲਿਆਇਆ ਕਰੋ, ਲਾਲ ਮਾਸ ਜਿਹੜਾ ਹੁੰਦਾ ਪੂਰਾ ਐਨ ਚੀੜਾ ਉਹਨੂੰ ਜਦੋਂ ਲੱਗਦੇ ਆ 2-3 ਘੰਟੇ ਬਣਾਉਣ ਨੂੰ ਤਾਂ ਫਿਰ ਉਹਦੀ ਮਜ਼ਾ ਆਉਂਦਾ ਚੀਜ਼ ਦਾ ਖਾਣ ਦਾ, ਠੀਕ ਹੈ ਨਾ। ਸੋ ਇਹਨੂੰ ਅਸੀਂ ਸਟੋਰ ਵੀ ਕਰ ਸਕਦੇ ਹਾਂ ਤਾਂ ਹਫ਼ਤਾ 10 ਦਿਨ ਤੁਹਾਡੇ ਆਰਾਮ ਨਾਲ ਨਿਕਲ ਜਾਣਗੇ। ਇੱਕ ਵਾਰੀ ਬਣਾਇਆ ਤਾਂ ਮੁੜ ਕੇ ਤੁਹਾਨੂੰ ਕੀਟੋ ਡਾਇਟ, ਇਹੀ ਤਾਂ ਖਾਸੀਅਤ ਹੈ ਕੀਟੋ ਡਾਇਟ ਦੀ ਕਿ ਸਾਨੂੰ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਇੱਕ ਦਿਨ ਐਤਵਾਰ ਲਾ ਕੇ ਅਤੇ ਪੂਰਾ ਸਾਰਾ ਸਮਾਨ ਇਕੱਠਾ ਬਣਾ ਲਓ, ਚਿਕਨ ਦਾ ਅਚਾਰ ਵੀ ਪਾ ਲਓ, ਬੱਕਰੇ ਦਾ ਵੀ ਪਾ ਲਓ ਅਤੇ ਵਿੱਚ ਵਿਚਾਲੇ ਜਿਹੜੀਆਂ ਬਾਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਸਲਾਦ ਸਲੂਦ ਸਬਜ਼ੀ ਸੁਬਜ਼ੀ ਉਹ ਸਾਡੇ ਘਰ ਬਣਦੀ ਰਹਿੰਦੀ ਹੈ, ਠੀਕ ਹੈ ਜੀ। ਅਤੇ ਨਾਲ ਤੁਸੀਂ ਇਹਦਾ ਪੋਰਸ਼ਨ ਲੈ ਲਿਆ, ਨਾਲ ਆਪਦਾ ਸਲਾਦ ਛਕ ਲਿਆ, ਨਾਲ ਸਬਜ਼ੀ ਛਕ ਲਈ ਅਤੇ ਬਸ ਇਹੀ ਕੀਟੋ ਡਾਇਟ ਆ, ਹੋਰ ਕੀ ਆ। ਸੋ ਜੀ ਬੱਕਰਾ ਧਰ ਦਿੱਤਾ ਹੈਗਾ ਅਤੇ ਮੈਂ ਜ਼ਿਆਦਾ ਲਾਲ ਮੀਟ ਜਿਹੜਾ ਖੱਸੀ ਬੱਕਰਾ ਬੁੜਾ ਜਿਹਨੂੰ ਕਹਿ ਦਿੰਦੇ ਹਾਂ ਉਹ ਬੱਕਰਾ ਜ਼ਿਆਦਾ ਲਾਈਕ ਕਰਦਾ ਕਿਉਂਕਿ ਉਹਨੂੰ ਬਣਨ 'ਚ ਕਾਫੀ ਟਾਈਮ ਲੱਗਦਾ। ਕਈ ਵਾਰੀ 3-4 ਘੰਟੇ ਵੀ ਲੱਗ ਜਾਂਦੇ ਜਦੋਂ ਅਸੀਂ ਤਰੀ ਵਾਲਾ ਬਣਾਉਂਦੇ ਹੁੰਦੇ ਹਾਂ ਮੀਟ, ਅਤੇ ਉਹ ਇੰਨਾ ਕੁ ਲਜ਼ੀਜ਼ ਬਣਦਾ, ਇੰਨਾ ਕੁ ਮਜ਼ੇਦਾਰ ਬਣਦਾ ਹੁੰਦਾ ਵੀ ਗੱਲ ਹੀ ਛੱਡ ਦਿਉ। ਤਾਂ ਜੇ ਕਦੇ ਤੁਸੀਂ ਇੱਦਾਂ ਵੱਡਾ ਬੱਕਰਾ ਲੈ ਆਓ ਤਾਂ ਘਬਰਾਇਓ ਨਾ, ਉਹ ਬਲਕਿ ਜ਼ਿਆਦਾ ਵੱਧ ਸਵਾਦ ਬਣਦਾ ਹੁੰਦਾ। ਅਤੇ ਜੇ ਛੋਟਾ ਬੱਕਰਾ ਲਿਆਓਗੇ ਤਾਂ ਉਹ ਤਾਂ ਜਿਵੇਂ ਚਿਕਨ ਹੋਇਆ ਆਲੂ ਹੋਇਆ ਉਹ ਤਾਂ ਇੱਦਾਂ ਮਿੰਟੋ ਮਿੰਟ ਹੀ ਬਣ ਜਾਂਦਾ ਹੁੰਦਾ, ਠੀਕ ਹੈ ਨਾ। ਸੋ ਇਹਨੂੰ ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਇਹਦੇ 'ਚ ਤਕਰੀਬਨ 4 ਕਿਲੋ ਜੇ ਬੱਕਰਾ ਸੀਗਾ ਤਾਂ ਇਹਦੇ 'ਚ ਮੈਂ 4-5 ਲੀਟਰ ਇੱਕ ਵਾਰੀ ਬੱਕਰੇ ਦਾ ਪਹਿਲਾਂ ਪਾਣੀ ਸੁਕਾ ਲਿਆ ਫਿਰ ਮੈਂ 4-5 ਲੀਟਰ ਪਾਣੀ ਪਾਇਆ। ਸੋ ਇਹਨੂੰ ਰਿੰਨੀ ਜਾਣਾ ਜਦੋਂ ਤੱਕ ਪੂਰਾ ਕੁੱਕ ਨਾ ਹੋ ਜਾਵੇ ਅਤੇ ਪੀਸ ਵੀ ਨਾ ਟੁੱਟਣ, ਪੀਸ ਵੀ ਬਰਕਰਾਰ ਰਹਿਣ, ਪੀਸ ਦੀ ਸ਼ੇਪ ਵੀ ਬਰਕਰਾਰ ਰਹੇ। ਸੋ ਇਸ ਚੀਜ਼ 'ਤੇ ਤੁਸੀਂ ਘਬਰਾਉਣਾ ਨੀਗਾ ਕਿਉਂਕਿ ਆਪਾਂ ਖਾਣਾ ਪੀਣਾ ਅਤੇ ਆਪਾਂ ਕੁਕਿੰਗ ਦਾ ਵੀ ਮਜ਼ਾ ਲੈਣਾ, ਕੁਕਿੰਗ ਵੀ ਸਿੱਖਣੀ ਹੈ। ਇਹ ਚੀਜ਼ਾਂ ਸਾਡੇ ਬੱਚੇ ਵੀ ਸਾਡੇ ਨਾਲ ਇਹ ਚੀਜ਼ਾਂ ਸਿੱਖਣਗੇ, ਖਾਣ ਪੀਣ ਦੇ ਸ਼ੌਕੀਨ ਬਣਨਗੇ ਬੱਚੇ ਸਾਡੇ, ਠੀਕ ਹੈ। ਅੱਛੀਆਂ ਚੀਜ਼ਾਂ ਖਾਣ ਪੀਣ ਦੇ ਸ਼ੌਕੀਨ ਬਣਨਗੇ, ਗਲਤ ਚੀਜ਼ਾਂ ਨਹੀਂ। ਸੋ
ਇਹ ਚੀਜ਼ ਤਾਂ ਮੈਂ ਕਹਿੰਦਾ ਵੀ ਤੁਸੀਂ ਘਬਰਾਉਣਾ ਨਹੀਂ ਗਾ ਵੀ ਆਹ ਬਾਈ ਨੇ ਤਾਂ ਪਤਾ ਨਹੀਂ ਕਿਹੜੀ ਰੈਸਪੀ ਦੱਸਤੀ, ਕਿਉਂਕਿ ਬੱਕਰਾ ਉਹ ਬੱਕਰਾ ਹੀ ਕੀ ਜਿਹੜਾ ਚੀੜਾ ਨਾ ਹੋਵੇ, ਠੀਕ ਹੈ ਜੀ। ਸੋ ਇਸ ਕਰਕੇ ਤੁਸੀਂ ਇੰਜੋਏ ਕਰੋ, 2-3 ਘੰਟੇ ਲਾ ਕੇ ਆਰਾਮ ਨਾਲ ਇਹਨੂੰ ਅਚਾਰ ਨੂੰ ਰਿੰਨੋ, ਇਹਨੂੰ ਬੱਕਰੇ ਨੂੰ ਰਿੰਨੋ, ਅਤੇ ਫਿਰ ਮੈਂ ਤੁਹਾਨੂੰ ਦੱਸੂਗਾ ਇਹਦਾ ਫਾਈਨਲ ਸਟੇਜ ਕੀ ਹੁੰਦੀ ਆ, ਅਤੇ ਤੁਹਾਨੂੰ ਨਜ਼ਾਰਾ ਆਜੂਗਾ ਵੇਖ ਕੇ ਅਤੇ ਖਾ ਕੇ ਵੀ ਇਹੋ ਜਿਹੀ ਚੀਜ਼ ਤੁਸੀਂ ਕਦੇ ਖਾਧੀ ਨਹੀਂ ਹੋਊਗੀ। ਜ਼ਰੂਰ ਖਾਧੀ ਹੋਊਗੀ ਪਰ ਮੇਰੇ ਹੱਥ ਦੀ ਨਹੀਂ ਖਾਧੀ ਹੋਊਗੀ, ਕੀਟੋ ਪੰਜਾਬੀ ਸਟਾਈਲ ਦੇ ਵਿੱਚ। ਸੋ ਵਿੱਚ ਵਿੱਚ ਮੈਂ ਤੁਹਾਨੂੰ ਇਹਦੇ ਵੀ ਦਰਸ਼ਨ ਕਰਾਉਂਦਾ ਰਹੂੰਗਾ, ਅਤੇ ਆਪਾਂ ਜੀ ਆ ਜਾਓ ਕੁਝ ਗੱਲਾਂ ਕਰ ਲੈਂਦੇ। ਸੋ ਜੀ ਅਸੀਂ ਇਹਨੂੰ ਕਹਿੰਦੇ ਹਾਂ ਜੀ ਕੀਟੋ ਲੱਸੀ। ਆਹ ਮੇਰਾ ਰੋਜ਼ ਦਾ ਇੱਕ ਗਲਾਸ ਹੁੰਦਾ ਜੀ। ਆਹ ਸਮੂਦੀ ਹੈਗੀ ਹੈ, ਵੈਜੀਟੇਬਲ ਸਮੂਦੀ, ਜਿਹੜੀ ਤੁਸੀਂ ਮੇਰੀਆਂ ਰੈਸਪੀਜ਼ ਦੇ ਵਿੱਚ ਦੇਖ ਹੀ ਸਕਦੇ ਹੋ, ਕੀਟੋ ਵੈਜ ਰੈਸਪੀਜ਼ ਦੇ ਵਿੱਚ। ਸੋ ਇਹ ਸਮੂਦੀ ਮੇਰੀ ਨਿਊਟ੍ਰੀਸ਼ੀਅਸ ਪੋਰਸ਼ਨ ਹੁੰਦਾ ਦਿਨ ਦਾ, ਆਹ ਮੈਂ ਗਲਾਸ ਪੀਣਾ ਹੀ ਪੀਣਾ ਹੈਗਾ, ਠੀਕ ਹੈ ਜੀ। ਸੋ ਨਾਲ ਨਾਲ ਆਪਾਂ ਸਮੂਦੀ ਵੀ ਪੀਂਦੇ ਹਾਂ ਅਤੇ ਗੱਲਾਂ ਵੀ ਕੁਝ ਕਰ ਲੈਂਦੇ ਹਾਂ। ਆਹ ਲਓ ਆਹ ਲਓ ਬੱਚੇ, ਹਾਂ ਬੱਚੀ ਸਮੂਦੀ ਪੀਣੀ ਆ, ਲਓ ਪੀ। ਵਾਹ ਬੱਚਿਆਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ, ਜੋ ਵੀ ਕੁਛ ਹੈਗਾ ਉਹ ਸਾਰਾ ਕੁਛ ਸਾਹਮਣੇ ਆ, ਠੀਕ ਹੈ। ਸੋ ਇੱਦਾਂ ਹੀ ਅਸੀਂ ਜਦੋਂ ਨਾਨਕੇ ਦਾਦਕੇ ਜਾਂਦੇ ਹੁੰਦੇ ਸੀਗੇ ਅਤੇ ਦਾਦਾ ਜੀ ਮੇਰੇ ਮੀਟ ਦਾ ਅਚਾਰ ਸ਼ਿਕਾਰ ਕਰਕੇ ਉਸ ਟਾਈਮ 'ਚ ਲਿਆਉਂਦੇ ਹੁੰਦੇ ਸੀ, 70s ਦੀ ਗੱਲ ਆ, ਉਹ ਜਿਹੜਾ ਸ਼ਿਕਾਰ ਕਰਕੇ ਜਦੋਂ ਮੀਟ ਦਾ ਅਚਾਰ ਪਾਇਆ ਜਾਂਦਾ ਸੀ ਤਾਂ ਸਾਰੇ ਬੱਚਿਆਂ ਨੂੰ ਚਾਹ ਚੜ੍ਹ ਜਾਂਦਾ ਹੁੰਦਾ ਸੀਗਾ, ਘਰੇ ਮੇਲਾ ਲੱਗ ਜਾਂਦਾ ਹੁੰਦਾ ਸੀਗਾ, ਅਤੇ ਮਤਲਬ ਆਂਢ ਗੁਆਂਢ ਵੀ ਸਾਰੇ ਛੁੱਟੀਆਂ ਦੇ ਵਿੱਚ ਸਾਰੇ ਮੇਰੇ ਡੈਡ ਹੁਣੀ ਮਤਲਬ 10 ਭੈਣ ਭਰਾ ਸੀਗੇ, ਅਤੇ ਤੁਸੀਂ ਹਿਸਾਬ ਲਾ ਲਓ ਵੀ ਸਾਡੀ ਕਿੱਡੀ ਕੁ ਵੱਡੀ ਫੈਮਿਲੀ ਹੋਊਗੀ, ਠੀਕ ਹੈ। ਵਿਆਹ ਤੋਂ ਬਾਅਦ 20 ਉਹ ਹੋ ਗਏ, ਗਾਂ ਉਹਨਾਂ ਦੇ 2-2, 3-3 ਨਿਆਣੇ, ਮਤਲਬ ਜ਼ਿਆਦਾ ਨਹੀਂ 80-90 ਬੰਦੇ ਸਾਡੀ ਫੈਮਿਲੀ 'ਚ ਹੀ ਹੋ ਜਾਂਦੇ ਹੁੰਦੇ ਸੀਗੇ, ਠੀਕ ਹੈ ਜੀ, ਅਤੇ ਮਾਮੇ ਵੀ ਇਕੱਠੇ ਹੋ ਜਾਣੇ। ਸੋ ਉਹ ਜਿਹੜਾ ਮੂਮੈਂਟ ਹੁੰਦੀ ਸੀ ਉਹ ਹਜੇ ਵੀ ਮੇਰੀਆਂ ਗੋਲਡਨ ਮੂਮੈਂਟਸ ਨੇ, ਜਿਹੜੀਆਂ ਕਿ ਮੈਨੂੰ ਹਮੇਸ਼ਾ ਯਾਦ ਆਉਂਦੀਆਂ ਉਹ ਗੱਲਾਂ ਬਾਤਾਂ, ਜਦੋਂ ਮੈਂ ਕਦੇ ਇਸ ਟਾਈਪ ਨਾਲ ਅਚਾਰ ਜਾਂ ਕੋਈ ਸਪੈਸ਼ਲ ਚੀਜ਼ ਸਰਦੀਆਂ ਦੇ ਵਿੱਚ ਜਦੋਂ, ਜਾਂ ਕੋਈ ਸਾਡੇ ਬਾਹਰੋਂ ਕੋਈ ਰਿਸ਼ਤੇਦਾਰ ਆ ਗਏ ਤਾਂ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ। ਸੋ ਬਟ ਜਦੋਂ ਤਾਂ ਮੈਂ ਕੀਟੋ ਲਾਈਫ ਸਟਾਈਲ ਦੇ ਵਿੱਚ ਆਇਆ, ਪਹਿਲਾਂ ਮੀਟ ਨਾਲ ਤੁਹਾਨੂੰ ਪਤਾ ਪੰਜਾਬ 'ਚ ਜ਼ਿਆਦਾ ਕੀ ਚੱਲਦਾ ਹੁੰਦਾ, ਅੱਜ ਕੱਲ੍ਹ ਜ਼ਿਆਦਾ ਕਰਕੇ ਮੇਰੇ ਆਹ ਲੱਸੀ ਦਾ ਗਲਾਸ ਜਿਹਨੂੰ ਸਮੂਦੀ ਦਾ ਗਲਾਸ ਇਹੀ ਜ਼ਿਆਦਾ ਚੱਲਦਾ, ਪਰ ਕਦੇ ਕਦਾਈ ਅਸੀਂ ਸਾਰਾ ਕੁਛ ਫਨ ਸ਼ਨ ਵੀ ਕਰਦੇ ਹਾਂ, ਇੰਜੋਏ ਵੀ ਕਰਦੇ ਹਾਂ, ਕਿਉਂਕਿ ਅਸੀਂ ਆਪਦੀਆਂ ਬੋਡੀਜ਼ ਨੂੰ ਫੈਟ ਦੇ ਉੱਤੇ ਟਰਾਂਸਫਾਰਮ ਕਰ ਚੁੱਕੇ ਹਾਂ, ਸਾਡੀ ਜਿਹੜੀ ਖੁਰਾਕ ਆ ਉਹ ਫੈਟ ਬਣ ਚੁੱਕੀ ਆ ਹੁਣ, ਅਤੇ ਸਾਨੂੰ ਹੁਣ ਕੋਈ ਡਰ ਨਹੀਂ, ਅਸੀਂ ਜੋ ਮਰਜ਼ੀ ਖਾਂਦੇ ਪੀਂਦੇ ਵਿੱਚ ਵਿੱਚ ਰਹਿੰਦੇ ਹਾਂ, ਇੰਜੋਏ ਵੀ ਕਰਦੇ ਰਹਿੰਦੇ ਹਾਂ। ਸੋ ਮੇਰੀ ਵੀ ਤੁਹਾਨੂੰ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਵੀ ਕੁਦਰਤ ਨਾਲ ਪਿਆਰ ਕਰੋ, ਰੁੱਖ ਲਗਾਓ, ਅਤੇ ਛੋਟੇ ਮੋਟੇ ਜੀਵਾਂ ਦਾ, ਪੰਛੀਆਂ ਦਾ ਤੁਸੀਂ ਵੀ ਆਸਰਾ ਬਣੋ। ਇੱਕ ਛੋਟਾ ਜਿਹਾ ਰੁੱਖ ਲਗਾਉਣ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ, ਕਿਉਂਕਿ ਆਪਾਂ ਸਿਰਫ ਉਹਨੂੰ ਇੱਕ ਹੈਡੇਕ ਸਮਝਦੇ ਹੁੰਦੇ ਹਾਂ ਕਿ ਮੈਨੂੰ ਪਾਣੀ ਦੇਣਾ ਪਊ, ਪਰ ਆਪਾਂ ਇਹ ਚੀਜ਼ ਨਹੀਂ ਸੋਚਦੇ ਕਿ ਉਹਦੇ 'ਤੇ ਇੱਕ ਪੰਛੀ ਦਾ ਆਲ੍ਹਣਾ ਪਊ, ਉਹ ਆਪਦੇ ਬੱਚਿਆਂ ਨੂੰ ਉੱਥੇ ਪਾਲੂਗਾ, ਪੋਸੂਗਾ, ਗਾਂ ਉਹਦੇ ਬੱਚੇ ਹੋਰ, ਗਾਂ ਦੀ ਗਾਂ ਕਿੱਥੇ ਕਹਾਣੀ ਜਾਂਦੀ ਹੈ। ਇੱਕ ਛੋਟਾ ਜਿਹਾ ਸਾਡਾ ਕਦਮ ਕੀ ਕੁਛ ਕਰ ਸਕਦਾ, ਸਾਨੂੰ ਇਹ ਅੰਦਾਜ਼ਾ ਨਹੀਂ ਹੁੰਦਾ ਕਿ ਉਸੇ ਰੁੱਖ ਦੇ ਬੀਜਾਂ ਨੂੰ ਉਹ ਪਤਾ ਨਹੀਂ ਕਿੱਥੇ ਕਿੱਥੇ ਲਿਜਾ ਕੇ ਉਸ ਪੰਛੀ ਨੇ ਸਿੱਟਣਾ ਹੁੰਦਾ। ਸੋ ਇੱਦਾਂ ਹੀ ਕਰਦੇ ਅਸੀਂ, ਦੇਖੋ ਜੇ ਕੀਟੋ ਨੇਚਰ ਨਾਲ ਜੁੜੇ ਹਾਂ ਤਾਂ ਨੇਚਰ ਨਾਲ ਸਹੀ ਮਾਇਨੇ ਵਿੱਚ ਵੀ ਜੁੜ ਜਾਓ, ਕਿ ਨੇਚਰ ਨੂੰ ਅਸੀਂ ਜੇ ਕੁਛ ਦੇਵਾਂਗੇ ਤਾਂ ਨੇਚਰ ਸਾਨੂੰ 100 ਗੁਣਾ ਕਰਕੇ ਵਾਪਸ ਦਿੰਦੀ ਹੈ, ਠੀਕ ਹੈ ਜੀ। ਸੋ ਇਹ ਕੁਛ ਗੱਲਾਂ ਸੀਗੀਆਂ ਜਿਹੜੀਆਂ ਮੈਂ ਸ਼ੇਅਰ ਕਰਨਾ ਚਾਹੁੰਦਾ ਸੀ ਤੁਹਾਡੇ ਨਾਲ, ਅਤੇ ਨਾਲ ਹੀ ਤੁਸੀਂ ਵੀ ਆਹ ਮੇਰਾ ਹੁਣ ਮੇਨਲੀ ਆਹ ਲੰਚ ਦਾ ਮੀਲ ਹੁੰਦਾ ਜਿਹਦੇ 'ਚ ਮੈਂ ਆਹ ਗਲਾਸ ਪੀ ਲੈਣਾ, ਅਤੇ ਨਾਲ ਹੀ ਮੈਂ ਆਪਦੀ ਕੁਕਿੰਗ ਕਰ ਲੈਂਦਾ ਹੁੰਦਾ, ਜਦੋਂ ਉਹਨੂੰ ਕੁਕਿੰਗ ਹੁੰਦੀ ਹੈ ਘੰਟਾ, ਮੈਨੂੰ 1.5 ਘੰਟਾ ਲੱਗਦਾ, ਉਦੋਂ ਨੂੰ ਇਹ ਮੇਰਾ ਗਲਾਸ ਥੱਲੇ ਹੋ ਜਾਂਦਾ, ਮੁੜ ਕੇ ਮੈਂ ਆਪਦਾ ਜਿਹੜਾ ਮੇਨ ਪੋਰਸ਼ਨ ਹੁੰਦਾ ਮੀਟ ਹੋ ਗਿਆ, ਚਿਕਨ, ਪਨੀਰ, ਜੋ ਵੀ ਚੀਜ਼ ਹੈਗੀ ਆ ਉਹ ਮੈਂ ਉਹਦੇ ਨਾਲ ਰੱਜ ਲੈਂਦਾ, ਅਤੇ ਮੇਰਾ ਅਗਲੇ 22 ਘੰਟਿਆਂ ਵਾਸਤੇ ਮੈਂ ਜੀ ਖਾਣ ਪੀਣ ਤੋਂ ਵਿਹਲਾ ਹੋ ਜਾਂਦਾ। ਚਲੋ ਆਪਾਂ ਵੇਖ ਲੈਂਦੇ ਜੀ ਸਾਡਾ ਬੱਕਰੇ ਦਾ ਅਚਾਰ ਕੀ ਕਹਿੰਦਾ।
ਲੈਣੇ ਨੇ ਜੀ ਪੂਰਾ ਰਿੰਨਣਾ ਰਿੰਨ ਲਿਆ ਪੂਰਾ ਇਹਨੂੰ ਆਪਾਂ ਉੱਥੇ ਤੱਕ ਰਿੰਨਣਾ ਵੀ ਸਾਡਾ ਪੀਸ ਪੂਰਾ ਕੁੱਕ ਵੀ ਹੋ ਜਾਵੇ ਅਤੇ ਟੁੱਟੇ ਵੀ ਨਾ ਠੀਕ ਹੈ ਨਾ ਤਾਂ ਪੀਸ ਦੀ ਸ਼ੇਪ ਵੀ ਬਰਕਰਾਰ ਰਹੇ ਅਤੇ ਉਹ ਟੁੱਟਣਾ ਵੀ ਨਹੀਂ ਚਾਹੀਦਾ ਆ ਜੀ ਤੁਹਾਨੂੰ ਸਲਾਦ ਦੇ ਦਰਸ਼ਨ ਵੀ ਕਰਾ ਦਿੰਦੇ ਹਾਂ ਆ ਜਿਹੜਾ ਮੈਂ ਕਹਿੰਦਾ ਹੁੰਦਾ ਵੀ ਇੰਨੀ ਕਰੀਮ ਹੋਣੀ ਚਾਹੀਦੀ ਆ ਦੇਖ ਲਓ ਜੀ ਆ ਇੱਦਾਂ ਸਲਾਦ ਖਾਣਾ ਹੁੰਦਾ ਅਸੀਂ ਠੀਕ ਹੈ ਤਾਂ ਕਰਕੇ ਗਿਣਤੀਆਂ ਮਿਣਤੀਆਂ 'ਚ ਨਾ ਪਿਆ ਕਰੋ ਠੀਕ ਹੈ ਜੀ ਅਸੀਂ ਸਰੀਰ ਨੂੰ ਦੱਸਣਾ ਵੀ ਬਾਈ ਆ ਇਹ ਕਰਕੇ ਆਹ ਕਹਾਣੀ ਆ ਉਹਨੂੰ ਆਹ ਚਮਚੇ ਗਿਣ ਕੇ ਨਹੀਂ ਵਿਖਾਉਣੇਗੇ ਕਰੀਮ ਡੋਲ ਲੈਣੀ ਆ ਠੀਕ ਹੈ ਜੀ ਅਤੇ ਆਹ ਸਲਾਦ ਖਾ ਕੇ ਵੇਖੋਗੇ ਨਾ ਅਤੇ ਦੁਨੀਆ ਦੇ ਸਾਰੇ ਜਿਹੜੇ ਫਰੂਟ ਸਲਾਦ ਅਤੇ ਉਹ ਲਟਰਮ ਪਟਰਮ ਸਭ ਕੋਲ ਭੁੱਲ ਜਾਓਗੇ ਐਡੇ ਜ਼ਬਰਦਸਤ ਸਲਾਦ ਹੁੰਦਾ ਹੈ ਨਾ ਇਹ ਬਈ ਮੈਂ ਕਹਿੰਦਾ ਕਿਆ ਬਾਤਾਂ ਭਾਵੇਂ ਨਾ ਇਹਦੇ 'ਚ ਮਲਾਈ ਸੁੱਟ ਲਿਆ ਕਰੋ ਠੀਕ ਹੈ ਵਿੱਚ ਦੁੱਧ ਨਾ ਆਵੇ ਜਿੰਨੀ ਮਰਜ਼ੀ ਮਲਾਈ ਸੁੱਟ ਲਿਆ ਕਰੋ ਬੇਬੇ ਤੋਂ ਓਲੇ ਠੀਕ ਹੈ ਇੰਨਾ ਖਿਆਲ ਰੱਖੋ ਹੋਰ ਕਿਤੇ ਬਗਵਾ ਪੇਜ ਨਾ ਆਵੇ ਪਿੱਛੋਂ ਦੇਖ ਲੈਂਦੇ ਬੱਕਰਾ ਨਜ਼ਾਰਾ ਕਿਉਂਕਿ ਬੱਕਰੇ ਦੀ ਜੀ ਮਹਿਕ ਹੀ ਐਡੀ ਜ਼ਬਰਦਸਤ ਹੁੰਦੀ ਆ ਜਿਹੜਾ ਬੰਦਾ ਨਹੀਂ ਵੀ ਮੀਟ ਖਾਂਦਾ ਨਾ ਤੇ ਉਹਨੂੰ ਵੀ ਨਹੀਂ ਸੌਣ ਦਿੰਦੀ ਮੈਂ ਕਿਹਾ ਲੋਕੀ ਪਿੱਛੇ ਲੱਗੇ ਅਸੀਂ ਵੀ ਲੱਗ ਜੀ ਅਸੀਂ ਵੀ ਸ਼ੁਰੂ ਕਰ ਲਈ ਕਰਨਾ ਪੈਣਾ ਹੁਣ ਲੋਕੀ ਘਰੇ ਮਿਲਣ ਆਉਂਦੇ ਆ ਤੇ ਉਹ ਵੇਖਦੇ ਹਜੇ ਬੀਬੀ ਜੀ ਨੇ ਸ਼ੁਰੂ ਨਹੀਂ ਕੀਤੀ ਲੱਗਦੀ ਨਹੀਂ ਜੀ ਸ਼ੁਰੂ ਕੀਤੀ ਹੈ ਬਹੁਤ ਵਾਰੀ ਇਹਨਾਂ ਨੇ ਐਕਚੁਅਲੀ ਸਾਡਾ ਬੇਬੀ ਛੋਟਾ ਕਰਕੇ ਤਾਂ ਇਹਨਾਂ ਨੂੰ ਵਿੱਚ ਦੀ ਔਨ ਆਫ ਰਹਿੰਦੀ ਆ ਅਤੇ ਉਹ ਬੇਬੀ ਛੋਟਾ ਕਰਕੇ ਤਾਂ ਦੁਬਾਰਾ ਲਾਜ਼ਮੀ ਹੁੰਦਾ ਭਾਰ ਇੱਕ ਵਾਰੀ ਇਨਕਰੀਜ਼ ਹੋ ਜਾਂਦਾ ਹੁੰਦਾ ਮਦਰਸ ਦਾ ਤਾਂ ਇਹ ਹੁਣ ਦੁਬਾਰਾ ਤੋਂ ਆਪਣੇ ਕੀਟੋ ਫੈਮਿਲੀ ਦੇ ਵਿੱਚ ਇੰਨੀ ਵੱਡੀ ਜਿਹੜੀ ਕੀਟੋ ਫੈਮਿਲੀ ਆ ਆਪਣੀ ਇਹ ਵੀ ਉਹਨਾਂ 'ਚ ਹੁਣ ਸ਼ਾਮਿਲ ਹੋ ਚੁੱਕੇ ਆ ਜੀ ਮੇਰੇ ਲਾਈਫ ਪਾਰਟਨਰ ਮੈਡਮ ਜੀ ਨਵਨੀਤ ਕੌਰ ਸੋ ਇਹਨਾਂ ਨੂੰ ਵੀ ਤੁਸੀਂ ਪਲੀਜ਼ ਆਲ ਦਾ ਬੈਸਟ ਕਹੋ ਕਿ ਅਸੀਂ ਸਭ ਤੁਹਾਡੇ ਨਾਲ ਅਤੇ ਇੱਕ ਦੂਜੇ ਦੀ ਇੱਕ ਹੋਰ ਮੇਰਾ ਰਿਕੁਐਸਟ ਹੁੰਦੀ ਆ ਕਿਉਂਕਿ ਹੁਣ ਜਿੱਦਾਂ ਆਪਾਂ ਆਪਣੀ ਨੌਲੇਜ ਆਪਾਂ ਨੂੰ ਜਿਵੇਂ ਵੱਧਦੀ ਜਾ ਰਹੀ ਹੈ ਕੀਟੋ ਡਾਇਟ ਦੀ ਤਾਂ ਕਮੈਂਟਸ ਦੇ ਵਿੱਚ ਜਿਵੇਂ ਕੋਈ ਤੁਸੀਂ ਕਮੈਂਟਸ ਪੜ੍ਹਿਆ ਕਰੋ ਲੋਕ ਬਹੁਤ ਸਾਰੇ ਉਹੋ ਜਿਹੇ ਸਵਾਲ ਪੁੱਛਦੇ ਜਿਨ੍ਹਾਂ ਦੇ ਮੇਰੇ ਕੋਲ ਇੰਨਾ ਸਮਾਂ ਕਈ ਵਾਰੀ ਨਹੀਂ ਹੁੰਦਾ ਕਿ ਮੈਂ ਹਰੇਕ ਦੇ ਜਵਾਬ ਦੇਵਾਂ ਕਿ ਸਾਨੂੰ ਇੱਕ ਫੈਮਿਲੀ ਦੇ ਵਾਂਗੂੰ ਹੀ ਇੱਕ ਦੂਸਰੇ ਨੂੰ ਟ੍ਰੀਟ ਕਰਨਾ ਜੇ ਇੱਕ ਬੰਦੇ ਨੂੰ ਕੋਈ ਨਵਾਂ ਸ਼ੁਰੂ ਕਰਨ ਜਾ ਰਿਹਾ ਜੇ ਉਹਨੂੰ ਕੋਈ ਗੱਲ ਨਹੀਂ ਪਤਾ ਤਾਂ ਉਹਨੂੰ ਜ਼ਰੂਰ ਅਸੀਂ ਉਹਦੀ ਹੈਲਪ ਕਰਨੀ ਹੈ ਜ਼ਰੂਰੀ ਨਹੀਂ ਕਿ ਹਰੇਕ ਦੀ ਹੈਲਪ ਦਿਲਮੋਹ ਨਹੀਂ ਕਰੂਗਾ ਕਿਉਂਕਿ ਕੀਟੋ ਇੱਕ ਕੁਦਰਤ ਆ ਇਹ ਕੁਦਰਤ ਦੇ ਨਾਲ ਜੇ ਅਸੀਂ ਜੁੜ ਰਹੇ ਹਾਂ ਤਾਂ ਸਾਡੀ ਆਟੋਮੈਟਿਕਲੀ ਉਹ ਡਿਊਟੀ ਹੋ ਜਾਂਦੀ ਆ ਕਿ ਅਸੀਂ ਕੁਦਰਤ ਦੇ ਜੋ ਵੀ ਕੁਦਰਤ ਦੀਆਂ ਬਣਾਈਆਂ ਚੀਜ਼ਾਂ ਇਨਸਾਨ ਵੀ ਇੱਕ ਕੁਦਰਤ ਦੀ ਬਹੁਤ ਵੱਡੀ ਨਿਆਮਤ ਹੈ ਸੋ ਅਸੀਂ ਇੱਕ ਦੂਜੇ ਦਾ ਵੀ ਇੱਦਾਂ ਹੀ ਭੁਲਾ ਕਰੀਏ ਇੱਕ ਦੂਜੇ ਦੀ ਹੈਲਪ ਕਰੀਏ ਤਾਂ ਕਮੈਂਟਸ ਜ਼ਰੂਰ ਪੜ੍ਹਿਆ ਕਰੋ ਤੁਸੀਂ ਮੇਰੇ ਵੀਡੀਓਜ਼ 'ਤੇ ਜੇ ਤੁਹਾਨੂੰ ਐਂ ਲੱਗਦਾ ਕਿ ਤੁਸੀਂ ਵੀ ਉਹਦੇ ਵਿੱਚ ਆਪਣਾ ਓਪੀਨੀਅਨ ਦੇ ਸਕਦੇ ਹਾਂ ਤਾਂ ਇੱਕ ਦੂਜੇ ਦੀ ਪਲੀਜ਼ ਹੈਲਪ ਕਰਿਆ ਕਰੋ ਠੀਕ ਹੈ ਜੀ ਮੈਂ ਹੁੰਦਾ ਥੋੜ੍ਹਾ ਜਿਹਾ ਬੱਕਰੇ ਵੱਲ ਮੈਡਮ ਬਿਜ਼ੀ ਨੇ ਥੋੜ੍ਹਾ ਜਿਹਾ ਨਿਊਟ੍ਰੀਸ਼ਨ ਲੈਣ ਦੇ ਵਿੱਚ ਅਤੇ ਇਹਨਾਂ ਨੂੰ ਆਪਾਂ ਥੱਲੇ ਛੱਡਦੇ ਹਾਂ ਲਓ ਜੀ ਬੱਕਰਾ ਆਪਣਾ ਆਲਮੋਸਟ ਰੈਡੀ ਹੋ ਚੁੱਕਾ ਜੀ ਠੀਕ ਹੈ ਜੀ ਤੁਹਾਨੂੰ ਮੈਂ ਪੀਸ ਦਿਖਾ ਦਿੰਦੇ ਹਾਂ ਤੋੜ ਕੇ ਆ ਲਓ ਹੱਥ ਬਚਾ ਕੇ ਆਹ ਦੇਖੋ ਜੀ ਜਮਾ ਐਂਡ ਸੌਫਟ ਹੋ ਗਿਆ ਪੋਲੇ ਪੋਲੇ ਹੱਥਾਂ ਨਾਲ ਟੁੱਟੀ ਜਾ ਰਿਹਾ ਹੈ ਠੀਕ ਹੈ ਜੀ ਆਹ ਇਹਨੂੰ ਤੁਸੀਂ ਐਂ ਖਾ ਸਕਦੇ ਹੋ ਇਕੱਲਾ ਹਲਦੀ ਅਤੇ ਲੂਣ ਪਾਇਆ ਇਹਨੂੰ ਤੁਸੀਂ ਇੱਦਾਂ ਵੀ ਖਾ ਸਕਦੇ ਹੋ ਮਤਲਬ ਇੰਨਾ ਟੇਸਟੀ ਆ ਇਹ ਇਕੱਲਾ ਹਲਦੀ ਅਤੇ ਲੂਣ ਹੀ ਪਾਇਆ ਇਹਦੇ 'ਚ ਅਤੇ ਮਤਲਬ ਯਕੀਨ ਨਹੀਂ ਕਰਨਾ ਤੁਸੀਂ ਐਂ ਲੱਗੋ ਜਿਵੇਂ ਵਿਆਹ ਵਾਲਾ ਬੱਕਰਾ ਖਾਈ ਜਾਂਦੇ ਸੋ ਹੁਣ ਆਪਾਂ ਇਹਦਾ ਜਿਹੜਾ ਬੱਚਾ ਕੁਚਾ ਮਾੜਾ ਮੋਟਾ ਪਾਣੀ ਹੈ ਇਹਨੂੰ ਆਪਾਂ ਸੁਕਾ ਲੈਣਾ ਮੱਠੀ ਮੱਠੀ ਆ ਕਿਤੇ ਫਿਰ ਆਪਾਂ ਜੀ ਆਪਦੀ ਕਰਦੇ ਹਾਂ ਮਸਾਲੇ ਦੀ ਤਿਆਰੀ ਠੀਕ ਹੈ ਜੀ ਲਓ ਜੀ ਆਹ ਆਪਣਾ ਹੁਣ ਬੱਕਰਾ ਹੋ ਚੁੱਕਾ ਰੈਡੀ ਬਿਲਕੁਲ ਸੌਫਟ ਹੋ ਗਿਆ
ਪੀਸ ਵੀ ਨਹੀਂ ਟੁੱਟੇ, ਇੱਕ ਅੱਧਾ ਨਿੱਕਾ ਮੋਟਾ ਹੁੰਦਾ ਪੀਸ ਉਹ ਹੋ ਜਾਂਦਾ ਹੁੰਦਾ ਜੀ ਕਦੇ ਕਦੇ, ਠੀਕ ਹੈ ਜੀ। ਸੋ ਇਹਨੂੰ ਹੁਣ ਅਸੀਂ ਅਲੱਗ ਭਾਂਡੇ 'ਚ ਚੱਕ ਲੈਣਾ ਪਾਸੇ, ਫਿਰ ਆਪਾਂ ਕਰਦੇ ਹਾਂ ਜੀ ਮਸਾਲੇ। एक बार फिर तो चुले दे धरता, हूँ आप बनावे जी मसाला। हूँ मैं थोड़ा तो दसूँगा जी यदा मसाला कितना तैयार करना, मिनटो मिनट ही हो जाना काम। ये जी सू टाइम लगता बकरा भुन के बकरे कुक करने के जो लगता टाइम वही लगता, वो असें जी एक बार वह तो मैं दस चुका भी पहला बकरे का पानी सुका लेना आप बगैर पानी पाए, उस बाद फिर असी पानी वेद सैट देना तो उन्होंने कुक करी जाना उदों तक जदों तक सॉफ्ट ना हो जाए, ठीक है। तो हूँ आप जी यहाँ जो मसाला गा वो तुम तैयार करके दिखा जी। लो जी आइए आप कढ़ाई वालों हो जाइए। आ है जी नारियल का तेल, करीबन 4 किलो बकरे च मैं लीटर के करीब 1 लीटर जिन्हों कह दें आप नारियल पाना। सो जी इन गर्म होने दें। सो जी आ लसन अदरक का पेस्ट अभी तेल साडा गर्म हो गया, लो टू मीडियम दे विच लसन ते अदरक नूं माड़ा माड़ा भुनना जी आपां। नाल ही इहदे विच मैं आह थोड़ा जिहा अदरक बरीक बरीक कट लिया सीगा, ते इन्नियां क लसन दियां जिहड़ियां आपां गंढियां बचाईआं सीगियां ते उह इहदे च सैट देणियां। इहनूं लसन अदरक नूं आपां जी करीबन 5-7 मिंट भुनांगे। बकरा जिहड़ा साडा सीगा जी अज जन्मा जन्मा का प्यासा निकलिया, पानी बड़ा मंगया उन्हें, पर अखीर च जाके वो गाली गया ते बिल्कुल एग्जैक्ट जो मैं चाहुंदा सीगा बिल्कुल उवें ही उहदे पीस नहीं टुटे ते बिल्कुल गल गया, हत्थां नाल ईजीली मसलिया जांदा, ठीक है जी। सो इधर आ देखो जी मसाला अपना, इहनूं 5-7 मिनट आपां मीडियम तो लो हीट दे विच इहनूं आपां भुनना हैगा। बहुता ज़्यादा इनू आप ब्राउन नहीं करना, जिन्हों कहने 70% इनू आप भुनना हूँ, क्योंकि इस जो सिरका पै जाना तो अध कच्चा जहा खड़मा जहा यह जो मसाला हों स्वाद लगता हों, इनू बहुत ज़्यादा असं जिमें सब्जी का मसाला बहुत ज़्यादा भुन रहे हैं उमें नहीं इनू भुनना, जोड़ा लसन अदरक तो मिर्चा ने अध खड़ा जहा हो बाद सिरका पा देंगे तो यह आप ही जिमें आप सिरके के अचार खाने कच्चे ही आप चीज़ा अदरक के लसन य चीज़ा कच्चिया ही सड़ते होंगे, ठीक है ना। सो तो एक दिन बाद जिमें अज अचार बन गया खाण नूं असी सीधा नाल दी नाल ही खा सकते हैं, एक दिन बाद जिन्ने दिन प्यार होगा उन्ना ज़्यादा स्वाद होगा। सो बहुत ही बेहतरीन चीज़ होती है यह सर्दियों के खास करके, मतलब कि आप लंबे समय तक स्टोर कर सकते होंगे, गर्मियों से यह थोड़े दिन कढ़ता हों, बाकी फ्रीज मैं की करता हूं इनू फ्रीज कर दिना हूं, छोटे छोटे प्लास्टिक के बैग आते होंगे तो जिन्ना पोर्शन मैं होंगे जिमें कौली भर ली वो बैग तो उत्तों की रबड़ चाढ़ती, तो इदा करके पैकेट बना बना के मैं फ्रीज कर दिना 25-30 पैकेट ये, तो एक पैकेट कटिया माइक्रोवेव गर्म किया तो उन्होंने खा लिया। तो यह मेरा तरीका हों जी, क्योंकि जो इनू एको डब्बे आप मान लो फ्रीज करता तो उन्होंने फिर वो बर्फ जम जाती है तो उन्होंने फिर तोड़ना उन्होंने कढ़ना चमचे नाल बहुत औखा हों, वढ़ के कढ़ना पैंदा, तो इस करके पहले ही ये छोटे छोटे पोर्शन तुसी लिफाफिया दे विच पा के इनू फ्रीज कर लवो, एक पोर्शन कढ़िया गर्म किया तो खा लो, ठीक है जी।
ਹਲਕਾ ਜਿਹਾ ਕਲਰੇ ਦਾ ਹੋਰ ਡਾਰਕ ਕਰ ਲੈਣਾ ਆਪਾਂ। ਵੀਡੀਓ ਨੂੰ ਗਾਂਹ ਪਛਾਂਹ ਕਰਕੇ ਤੁਸੀਂ ਦੇਖ ਸਕਦੇ ਹੁੰਦੇ ਹੋ ਜਦੋਂ ਮੈਂ ਪਾਇਆ ਸੀ ਉਦੋਂ ਇਹਦਾ ਕੀ ਰੰਗ ਸੀਗਾ ਅਤੇ ਹੁਣ ਇਹਦਾ ਕੀ ਰੰਗ ਆ, ਤਾਂ ਤੁਹਾਨੂੰ ਪੂਰੀ ਜੱਜਮੈਂਟ ਹੋ ਜਾਊਗੀ ਵੀ ਇਹੋ ਜਿਹਾ ਰੰਗ ਸਾਨੂੰ ਚਾਹੀਦਾ। ਤਾਂ ਵੀਡੀਓ ਨੂੰ ਗਾਂਹ ਪਛਾਂਹ ਕਰਕੇ ਵੀ ਦੇਖ ਲਿਆ ਕਰੋ, ਜੱਜਮੈਂਟ ਈਜ਼ੀ ਹੋ ਜਾਂਦੀ ਹੈ। ਬਾਕੀ ਮੈਂ ਜਿਹੜਾ ਤੁਹਾਨੂੰ ਇੱਕ ਆਈਡੀਆ ਦੇਤਾ ਕਿ 5 ਤੋਂ 7-8 ਮਿੰਟ ਇੰਨਾ ਕੁ ਟਾਈਮ ਹੀ ਹੈ ਇਹਨੂੰ ਆਹ ਡੀਪ ਫਰਾਈ ਕਰਨ ਨੂੰ ਲੱਗਦਾ ਹੁੰਦਾ, ਬਹੁਤਾ ਜ਼ਿਆਦਾ ਨਹੀਂ ਇਹਨੂੰ ਸਮਾਂ ਲੱਗਦਾ। ਸੋ ਇਹ ਸਾਡਾ ਹਾਈ ਫੈਟ ਕੀਟੋ ਪਿਕਲ ਹੈ ਜੀ, ਕੀਟੋ ਪੰਜਾਬੀ ਸਟਾਈਲ ਬੱਕਰੇ ਦਾ ਅਚਾਰ। ਦੇਖੋ ਜੀ ਆਹ ਬਿਲਕੁਲ ਸਾਡਾ ਸਹੀ ਹੋ ਗਿਆ, ਬਿਲਕੁਲ ਹੁਣ ਅਸੀਂ ਅੱਗ ਆਪਣੀ ਬਿਲਕੁਲ ਸਲੋ 'ਤੇ ਕਰ ਦੇਣੀ ਹੈ, ਠੀਕ ਹੈ। ਹੁਣ ਆਪਾਂ ਇਹਦੇ 'ਚ ਸੁੱਟਾਂਗੇ ਜੀ ਮਸਾਲੇ, ਅੱਗ ਬਿਲਕੁਲ ਕਰਤੀ ਸਲੋ 'ਤੇ। ਆਹ ਨੇ ਜੀ ਆਪਣੇ ਮਸਾਲੇ, ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ 1/2 ਚਮਚਾ ਲੂਣ ਦਾ, ਠੀਕ ਹੈ ਜੀ। ਆਹ ਜੀ ਆ ਗਿਆ ਸਾਡਾ 1 ਚਮਚਾ ਧਨੀਆ, ਆਹ 1/2 ਚਮਚਾ ਹੋਰ ਧਨੀਆ, ਆਹ ਜੀ 1 ਚਮਚਾ ਆ ਗਿਆ ਜੀ ਆਪਣਾ ਗਰਮ ਮਸਾਲਾ, 1/2 ਚਮਚਾ ਹੋਰ ਗਰਮ ਮਸਾਲਾ, ਆਹ 1/2 ਚਮਚੇ ਤੋਂ ਥੋੜ੍ਹੀ ਜਿਹੀ ਘੱਟ ਜੀ ਹਲਦੀ, ਆਹ ਜੀ 1 ਚਮਚਾ ਆਪਣਾ ਲਾਲ ਮਿਰਚ, ਨੋਰਮਲ ਲਾਲ ਮਿਰਚ 1/2 ਚਮਚਾ ਮੈਂ ਹੋਰ ਪਾਤਾ। ਸੋ 1/2 ਚਮਚਾ ਧਨੀਆ, 1/2 ਚਮਚਾ ਗਰਮ ਮਸਾਲਾ, 1/2 ਚਮਚਾ ਜੀ ਲਾਲ ਮਿਰਚ, 1/2 ਚਮਚਾ ਆਪਣੀ ਹਲਦੀ, ਅਤੇ ਆਹ 1 ਚਮਚਾ ਜੀ ਦੇਗੀ ਮਿਰਚ, ਕਸ਼ਮੀਰੀ ਰੈੱਡ ਚਿੱਲੀ ਪਾਊਡਰ ਜਿਹਨੂੰ ਕਹਿੰਦੇ ਆ, ਕਲਰ ਵਾਸਤੇ ਯੂਜ਼ ਹੁੰਦੀ ਆ। 1/2 ਚਮਚਾ ਜੀ ਆਪਾਂ ਇਹਦਾ ਸਿੱਟ ਦੇਣਾ ਜੀ। ਲਓ ਜੀ ਆਹ ਆਪਣੇ ਸਾਰੇ ਮਸਾਲੇ ਆ ਜੀ, ਇਹ ਤੋਂ ਵੱਧ ਹੋਰ ਸਾਨੂੰ ਕੁਛ ਨਹੀਂ ਪਾਉਣ ਦੀ ਲੋੜ। ਹੁਣ ਆਹ ਮਸਾਲਿਆਂ ਨੂੰ ਅਸੀਂ 2 ਮਿੰਟ ਮੱਠੀ ਅੱਗ 'ਤੇ ਭੁੰਨ ਲੈਣਾ ਜੀ। ਉਹ ਜੀ 2 ਮਿੰਟ ਭੁੰਨਣੇ ਆ ਆਪਾਂ ਮਸਾਲੇ, ਬਹੁਤੇ ਨਹੀਂ ਭੁੰਨਣੇ। 1 ਮਿੰਟ ਹੋ ਚੁੱਕਾ, ਆਹ ਵੇਖੋ ਜੀ ਰੰਗ ਵੇਖੋ ਨਜ਼ਾਰੇ ਦਾ, ਹੈ ਕਿ ਨਹੀਂ। ਇਹ ਤੁਸੀਂ 1 ਵਾਰੀ ਖਾ ਲਿਆ ਨਾ ਮੁੜ ਕੇ ਤੁਸੀਂ ਕਹਿਣਾ ਵੀ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਕੀਟੋ ਡਾਇਟ 'ਚ ਬਸ ਇਕੱਲਾ ਅਚਾਰ ਹੀ ਮਿਲੀ ਜਾਵੇ, ਠੀਕ ਹੈ ਜੀ। ਜ਼ਬਰਦਸਤ, ਮਸਾਲਿਆਂ ਦੀ ਸਿੰਪਲ ਮਸਾਲੇ ਆ, ਗਰਮ ਮਸਾਲਾ ਪਾਇਆ, ਧਨੀਆ ਪਾਊਡਰ ਪਾਇਆ, ਮਾੜੀ ਕੁ ਹਲਦੀ, ਲਾਲ ਮਿਰਚਾਂ ਪਾਈਆਂ ਅਤੇ ਦੇਗੀ ਮਿਰਚ ਕਲਰ ਵਾਸਤੇ ਪਾਈ ਆ, ਅਤੇ ਜੀ ਲੂਣ, ਬਸ ਇੰਨੀਆਂ ਚੀਜ਼ਾਂ ਹੀ ਪਾਈਆਂ। ਬਹੁਤ ਇਲ ਕੁੱਪੜਾਂ 'ਚ ਨਹੀਂ ਅਸੀਂ ਜਾਣਾ, ਠੀਕ ਹੈ ਜੀ। ਲੌਂਗ ਪਾ ਲੈਜੀਆਂ, ਦਾਲ ਚੀਨੀ ਕੁਛ ਨਹੀਂ ਪਾਉਣ ਦੀ ਲੋੜ, ਗਰਮ ਮਸਾਲੇ 'ਚ ਸਾਰਾ ਕੁਛ ਹੁੰਦਾ, ਬਸ ਇੰਨੀ ਹੀ ਲੋੜ ਹੁੰਦੀ ਆ। ਚਲੋ ਜੀ ਆਹ ਦੇਖੋ ਜੀ ਆਪਣਾ ਆਹ ਮਸਾਲਾ ਕੁੱਕ ਹੋ ਗਿਆ ਜੀ, ਆਹ ਰੇਡੀ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਜੀ ਆਹ ਸਾਡਾ ਸਿਰਕਾ ਆ ਗਿਆ ਜੀ, ਸਿਰਕੇ ਦੀ ਬੋਤਲ ਆ ਇਹ, ਕਰੀਬਨ 1/2 ਬੋਤਲ ਆ, ਠੀਕ ਹੈ ਜੀ। ਇਹਦੇ 'ਚ ਮੈਂ ਕਹਿ ਲਓ 1/4 ਬੋਤਲ ਪਾਊਂਗਾ ਸਿਰਕੇ ਦਾ। ਆਹ ਜੀ ਲਓ ਆਪਾਂ ਇਹ ਸਿਰਕਾ ਡੋਲ ਲੈਣਾ, ਸਿਰਕਾ ਪੈ ਚੁੱਕਾ ਜੀ, ਠੀਕ ਹੈ ਜੀ। ਭੋਰਾ ਸਿਰਕਾ ਹੋਰ ਪਾ ਦਿਓ,
ਚੌਥਾ ਹਿੱਸਾ ਬੋਤਲ ਮੈਂ ਪਾ ਲਈ ਆ 4 ਕਿਲੋ ਦੇ ਵਿੱਚ, ਵੱਧ ਘੱਟ ਤੁਸੀਂ ਪਾ ਸਕਦੇ ਹੋ, ਜਿੰਨਾ ਵੱਧ ਪਾਓਗੇ ਉਨਾ ਖੱਟਾ ਬਣੂ ਉਨਾ ਦੇਰ ਤੱਕ ਲੰਘੂਗਾ। ਹੋ ਜੀ ਸਿਰਕਾ ਹੋ ਗਿਆ, ਹੁਣ ਅਸੀਂ ਪਾਵਾਂਗੇ ਜੀ ਆਪਦਾ ਮੇਨ ਇੰਗਰੀਡੀਐਂਟ ਬੱਕਰਾ। ਠੀਕ ਹੈ ਜੀ, ਆ ਗਿਆ ਜੀ ਆਪਣਾ ਬੱਕਰਾ ਦੇ ਵਿੱਚ। ਗੈਸ ਕਰ ਦਿਓ ਬਿਲਕੁਲ ਲੋ, ਇਹਨੂੰ ਹੁਣ ਆਪਾਂ ਦੇਣਾ ਜੀ ਰਲਾ। ਗੈਸ ਮੈਂ ਬੰਦ ਹੀ ਕਰਤੀ ਹੈ ਜੀ। ਆਪਣਾ ਹੋ ਗਿਆ ਬੱਕਰੇ ਦਾ ਅਚਾਰ ਤਿਆਰ, ਕੀਟੋ ਪੰਜਾਬੀ ਬੱਕਰੇ ਦਾ ਅਚਾਰ। ਆਹ ਵੇਖ ਲਓ ਜੀ ਇਹਦਾ ਰੰਗ ਰੂਪ, ਜ਼ਬਰਦਸਤ ਰੰਗ ਬਣਿਆ। ਠੀਕ ਹੈ ਜੀ, ਕਿਹਦਾ ਮਨ ਨਹੀਂ ਲਲਚਾਵੇਗਾ ਇਹਨੂੰ ਵੇਖ ਕੇ, ਬਈ ਛੇਤੀ ਦੇ ਦਿਓ ਬਾਈ ਛੇਤੀ। ਠੀਕ ਹੈ, ਇਹਨੂੰ ਤੁਸੀਂ ਜੀ ਨਾਲ ਦੀ ਨਾਲ ਸਟਰੇਟ ਵੇ ਖਾ ਸਕਦੇ ਆ ਗਰਮਾ ਗਰਮ। 5-6 ਘੰਟੇ ਰੱਖ ਦੋਗੇ, ਓਵਰਨਾਈਟ ਰੱਖ ਦੋਗੇ, ਇਹਦੇ ਫਲੇਵਰ ਦਿਨ ਬ ਦਿਨ ਵਧੀ ਜਾਣਗੇ, ਮੈਰੀਨੇਟ ਹੋਈ ਜਾਊਗਾ ਇਹ ਪਿਆ ਪਿਆ, ਅਤੇ ਇਹਦਾ ਸਵਾਦ ਉਵੇਂ ਹੀ ਇਨਕਰੀਜ਼ ਹੋਈ ਜਾਊਗਾ। ਆ ਜਾਓ ਜੀ ਮੇਰੇ ਵੱਲ ਨੂੰ। ਸਵਾਦ ਜੀ ਤਿਆਰ ਆ ਬਣ ਕੇ ਆਪਣਾ ਬੱਕਰੇ ਦਾ ਅਚਾਰ। ਠੀਕ ਹੈ ਜੀ, ਸੋ ਮੈਂ ਵੀ ਤਿਆਰ ਹਾਂ ਜੀ, ਮੇਰੀ ਘਰਵਾਲੀ ਵੀ ਤਿਆਰ ਆ। ਲਾਲਾਂ ਸਿੱਟੀ ਜਾਂਦੀ ਆ ਪਿਛਲੇ ਪਾਸੇ ਖੜੀ, ਕੈਮਰੇ ਨੂੰ ਹੈਂਡਲ ਕਰ ਰਹੀ ਆ। ਸੋ ਨਾਈਸ ਆਫ ਯੂ ਡਾਰਲਿੰਗ, ਥੈਂਕ ਯੂ ਤੇਰੇ ਪਿਆਰ ਦਾ। ਅਜੇ ਨਵੀਂ ਆ ਜੀ, ਹੌਲੀ ਹੌਲੀ ਇਹਨੂੰ ਵੀ ਐਕਸਪੀਰੀਅੰਸ ਹੋ ਜੂਗਾ ਕੈਮਰਾ ਹੈਂਡਲ ਕਰਨ ਦਾ। ਡਬਲ ਸੈਕਰੀਫਾਈ ਕਰਨੀ ਪਈ ਅੱਜ ਮੈਨੂੰ, ਬੱਕਰੇ ਨਾਲੋਂ ਵੱਧ ਮੈਨੂੰ ਆਪਦੀ ਵਾਈਫ ਨਾਲ। ਬੱਕਰਾ ਵੀ ਚੀੜਾ ਨਿਕਲਿਆ, ਉੱਤੋਂ ਇਹ ਵੀ ਚੀੜੀ, ਥੋੜ੍ਹਾ ਜਿਹਾ ਹੁਣ ਮੈਨੂੰ ਸੱਚੀ ਬੱਕਰੇ ਦੀ ਜ਼ਰੂਰਤ ਆ। ਇੰਜੋਏ ਕਰਾਂਗੇ ਜੀ, ਥੋੜ੍ਹੀ ਦੇਰ ਬਾਅਦ ਮਿਲਦੇ ਹਾਂ ਆਪਾਂ, ਅਤੇ ਇਹਨੂੰ ਟੇਸਟ ਕਰਕੇ ਵੇਖਦੇ ਹਾਂ ਵੀ ਕੀ ਕਹਿੰਦਾ ਸਾਡਾ ਕੀਟੋ ਪੰਜਾਬੀ ਸਟਾਈਲ ਬੱਕਰੇ ਦਾ ਅਚਾਰ। ਹਾਂਜੀ ਆਹ ਲਓ ਜੀ, ਛਕੋ ਦੇਖੋ ਕਿਵੇਂ ਆ। ਗਜਰੇਲਾ ਗਜਰੇਲਾ ਨੂਣ ਵਾਲਾ ਆਇਆ, ਰੀਅਲੀ ਬਹੁਤ ਟੇਸਟੀ ਆ। ਇਸ ਤੋਂ ਬਾਅਦ ਸਵਾਦ ਹੋਰ ਕੁਝ ਨਹੀਂ ਹੋ ਸਕਦਾ ਓਨੈਸਟਲੀ। ਪਲੀਜ਼ ਟਰਾਈ ਕਰੋ, ਜ਼ਰੂਰ ਟਰਾਈ ਕਰੋ, ਬਹੁਤ ਯੰਮੀ ਬਣਿਆ, ਬਹੁਤ ਯੰਮੀ। ਜਾਂ ਤਾਂ ਪਹਿਲਾਂ ਮੈਂ ਬਹੁਤ ਅਚਾਰ ਖਾਧੇ ਆ ਬਾਜ਼ਾਰੋਂ ਲਿਆ ਕੇ, ਬਹੁਤ ਤਰ੍ਹਾਂ ਦੇ ਅਚਾਰ ਖਾਧੇ ਆ, ਪਰ ਵਿਆਹ ਤੋਂ ਬਾਅਦ ਜਦੋਂ ਮੈਂ ਖਾਣੇ ਸ਼ੁਰੂ ਕੀਤੇ ਆ, ਇੰਨਾ ਵਰਗੀ ਕੋਈ ਚੀਜ਼ ਹੀ ਨਹੀਂ ਹੈਗੀ। ਤੁਸੀਂ ਵੀ ਕੀਟੋ ਡਾਇਟ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਕੀਟੋ ਡਾਇਟ ਨੂੰ ਸ਼ੁਰੂ ਕਰੋ। ਇਹੋ ਜਿਹੇ ਸਵਾਦਿਸ਼ਟ ਕੁਦਰਤ ਦੇ ਜਿਹੜੇ ਸਾਨੂੰ ਇਹ ਗਿਫਟ ਦਿੱਤੇ ਹੋਏ ਆ, ਇਹਨਾਂ ਨੂੰ ਇੰਜੋਏ ਕਰਨਾ ਸ਼ੁਰੂ ਕਰੋ। ਇਹਨੂੰ ਹੀ ਅਸੀਂ ਕੀਟੋ ਡਾਇਟ ਕਹਿੰਦੇ, ਸਿਰਫ ਕੁਦਰਤ ਨਾਲ ਜੁੜਨ ਨੂੰ ਹੀ ਕੀਟੋ ਕਹਿੰਦੇ ਹਾਂ, ਹੋਰ ਇਸ ਤੋਂ ਜ਼ਿਆਦਾ ਕੁਛ ਨਹੀਂ ਗਾ। ਠੀਕ ਹੈ ਜੀ, ਇਹੀ ਸਾਡੇ ਦਾਦੇ ਪੜਦਾਦੇ ਖਾਂਦੇ ਆਏ ਆ, ਤਾਂ 100-100 ਸਾਲ ਤੋਂ ਉੱਤੇ ਉਮਰ ਹੁੰਦੀ ਸੀ ਉਹਨਾਂ ਦੀ, ਐਡੇ ਤਕੜੇ ਤਕੜੇ ਹੁੰਦੇ ਸੀ। ਸੋ ਇਹੀ ਚੀਜ਼ ਇਹਨੂੰ ਹੀ ਅਸੀਂ ਕੀਟੋ ਕਹਿੰਦੇ ਹਾਂ। ਸੋ ਇਹ ਵੀ ਤੁਸੀਂ ਇਹਦੀ ਸਟੱਡੀ ਕਰੋ ਵੀ ਇਹ ਹੈ ਕੀ ਚੀਜ਼। ਕੀਟੋ ਪੰਜਾਬੀ ਚੈਨਲ 'ਤੇ ਜਾਓ, ਪੂਰੇ ਦਾ ਪੂਰਾ A to Z ਊੜੇ ਤੋਂ ਐੜਾ, ਊੜੇ ਤੋਂ ਊੜੇ ਤੋਂ ਲਾੜੇ ਤੱਕ ਕੀਟੋ ਡਾਇਟ ਦੀ ਤੁਹਾਨੂੰ ਸਾਰੀ ਦੀ ਸਾਰੀ ਇਨਫੋਰਮੇਸ਼ਨ ਮਿਲ ਜਾਵੇਗੀ, ਅਤੇ ਤੁਸੀਂ ਆਸਾਨੀ ਨਾਲ ਅਗਲੇ ਦਿਨ ਤੋਂ ਹੀ ਕੀਟੋ ਡਾਇਟ ਨੂੰ ਸ਼ੁਰੂ ਕਰ ਸਕੋਗੇ। ਇਹ ਮੇਰੇ ਡੈਡ ਨੇ ਜੀ, ਇਹਨਾਂ ਨੇ ਵੀ 35 kg ਰਿਡਿਊਸ ਕੀਤਾ, ਆਹੀ ਸਭ ਕੁਝ ਅਸੀਂ ਖਾਂਦੇ ਰਹੇ ਹਾਂ। ਪਲੀਜ਼ ਇਹਨਾਂ ਨਾਲ ਤੁਸੀਂ ਇੰਟਰੋਡਕਸ਼ਨ ਕਰੋ। ਬਹੁਤ ਸਵਾਦ ਹੈ ਬੇਟੇ, ਇਹ ਬਿਲਕੁਲ ਬਚਪਨ ਦਾ ਜਿਹੜਾ ਟੇਸਟ ਕੀਤਾ ਵਿਆ ਅਚਾਰ, ਮੈਨੂੰ ਯਾਦ ਹੈ ਲਗਭਗ 10-12 ਸਾਲ ਦਾ ਹੂੰ ਮੈਂ, ਜਦੋਂ ਪਹਿਲੀ ਵਾਰ ਮੈਨੂੰ ਟੇਸਟ ਦਾ ਕਹਿ ਸਕਦੇ ਹਾਂ ਪਤਾ ਲੱਗਿਆ, ਉਦੋਂ ਅਚਾਰ ਬਣਾਇਆ ਸੀਗਾ ਤਾਈ ਜੀ ਨੇ, ਸ਼ਿਕਾਰ ਮਾਰ ਕੇ ਲਿਆਉਂਦਾ ਸੀਗਾ ਕਿਰਨ ਦਾ, ਅਤੇ ਬਿਲਕੁਲ ਉਹਦੇ ਵਰਗਾ ਲੱਗ ਰਿਹਾ, ਬਹੁਤ ਹੀ ਟੇਸਟੀ ਹੈ, ਮਜ਼ਾ ਆ ਗਿਆ, ਸੱਚੀ ਮਜ਼ਾ ਆ ਗਿਆ, ਬਹੁਤ ਸਵਾਦ ਹੈ।
ਸਾਡਾ ਛੋਟਾ ਬੇਬੀ ਸੌ ਗਿਆ। ਨੈਕਸਟ ਰੈਸਪੀ ਦੇ ਵਿੱਚ ਤੁਹਾਨੂੰ ਉਹਦੇ ਨਾਲ ਮੁਲਾਕਾਤ ਕਰਾਵਾਂਗੇ। ਹੁਣ ਉਹ ਵਿਚਾਰੀ ਨੂੰ ਮੈਂ ਉਠਾਉਣਾ ਨਹੀਂ ਚਾਹੁੰਦਾ। ਸੋ ਸਾਡੀ ਛੋਟੀ ਜਿਹੀ ਗੁੜੀਆ ਹੈਗੀ ਆ, ਉਹ ਵੀ ਬਹੁਤ ਇੰਜੋਏ ਕਰਦੀ ਹੁੰਦੀ ਹੈ ਇਹਨਾਂ ਮੀਟਸ ਨੂੰ, ਸਾਡੇ ਕੀਟੋ ਰੈਸਪੀਜ਼ ਨੂੰ। ਸੋ ਹਮੇਸ਼ਾ ਸਾਡੇ ਨਾਲ ਖਾਂਦੀ ਹੈ, ਬਾਕੀ ਉਹਨੂੰ ਜੋ ਜ਼ਰੂਰਤ ਹੁੰਦੀ ਹੈ ਦੇਣ ਦੀ ਅਸੀਂ ਉਹ ਵੀ ਦਿੰਦੇ ਰਹਿੰਦੇ ਹਾਂ। ਸੋ ਇੱਦਾਂ ਹੀ ਮੈਂ ਉਮੀਦ ਕਰੂੰਗਾ ਕਿ ਤੁਸੀਂ ਕੀਟੋ ਲਾਈਫ ਨੂੰ ਇੰਜੋਏ ਕਰਦੇ ਰਹੋ ਅਤੇ ਆਪਣਾ ਲਾਈਫ ਸਟਾਈਲ ਇਹਦੇ ਵਿੱਚ ਢਾਲ ਲਵੋ। ਅਤੇ ਇਹ ਕਹਿੰਦਾ ਹੋਇਆ ਜੀ, ਮੈਂ ਤੁਹਾਡੇ ਤੋਂ ਕੀਟੋ ਪੰਜਾਬੀ ਦਿਲਮੋਹਨਜੀਤ ਸਿੰਘ ਇਜਾਜ਼ਤ ਲੈਂਦਾ ਜੀ। ਫਿਰ ਆਪਾਂ ਗੱਲ ਕਰਾਂਗੇ ਕਿਸੇ ਇੰਟਰਸਟਿੰਗ ਟੌਪਿਕ ਦੇ ਉੱਤੇ ਜਿਹੜੇ ਮੈਂ ਉੱਥੇ ਤੁਹਾਡੇ ਨਾਲ ਸ਼ੇਅਰ ਕਰਦਾ ਰਹਿੰਦਾ ਮੇਰੇ ਚੈਨਲ 'ਤੇ। ਸਤਿ ਸ਼੍ਰੀ ਅਕਾਲ।